ਸੰਤ ਜਰਨੈਲ ਸਿੰਘ ਜੀ ਦੀ ਸ਼ਹੀਦੀ ਤੋਂ ਬਾਅਦ ਭਾਈ ਅਮਰੀਕ ਸਿੰਘ ਜੀ ਬਾਬਾ 18 ਸਿੰਘ ਜੀ ਜਰਨਲ ਸੁਬੇਕ ਸਿੰਘ ਜੀ ਦੀ ਸ਼ਹੀਦੀ ਤੋਂ ਬਾਅਦ ਇੱਕ ਸਿੱਖ ਕੌਮ ਦੇ ਵਿੱਚ ਨਵੀਂ ਰੂਹ ਉਹਨਾਂ ਨੇ ਫੂਕਤੀ ਉਹਨਾਂ ਦੀ ਸ਼ਹੀਦੀ ਨੇ ਇਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਮੇਰੀ ਪੀਆਰ ਆ ਗਈ ਸੀ ਪਰ ਮੈਂ ਪੀਆਰ ਛੱਡ ਕੇ ਆ ਗਿਆ ਕੈਨੇਡਾ ਦੀ ਇੱਕ ਜਜ਼ਬਾਤ ਹੈ ਸਿੱਖੀ ਦੇ ਪ੍ਰਤੀ ਇੱਕ ਪਿਆਰ ਹੈ ਆਪਣੀ ਕੌਮ ਦੇ ਪ੍ਰਤੀ ਸੋ ਉਸ ਨੂੰ ਛੱਡ ਕੇ ਜਾਣਾ 37 ਸਾਲ ਬਾਅਦ ਵੀ ਕੌਮ ਉੱਥੇ ਹੀ ਖੜੀ ਆ ਕੀ ਲੱਗਦਾ ਲਾਮਬੰਦ ਕਰਮ ਦੇ ਵਿੱਚ ਸਾਡੇ ਲੀਡਰਾਂ ਦੀ ਵੀ ਕਮੀ ਰਹੀ ਹੋਊਗੀ ਤੋਂ ਮੈਂ ਸਮਝਦਾ ਆ ਕਿ ਕਿਤੇ ਨਾ ਕਿਤੇ ਆਪਣੀ ਲੀਡਰਸ਼ਿਪ ਭਾਵੇਂ ਬਲਦੇਵ ਸਿੰਘ ਜੀ ਤੋਂ ਵੇਖ ਲਈਏ ਮਾਸਟਰ ਤਾਰਾ ਸਿੰਘ ਤੋਂ ਵੇਖ ਲਈਏ ਕਿਤੇ ਨਾ ਕਿਤੇ ਹਰ ਇੱਕ ਸਮੇਂ ਦੇ ਵਿੱਚ ਆਪਾਂ ਉਸ ਟਾਰਗੇਟ ਨੂੰ ਅਚੀਵ ਕਰਨ ਦੇ ਵਿੱਚ ਅਸਫਲ ਹੁੰਦੇ ਰਹੇ ਆ 47 ਚ ਆਪਾਂ ਵੇਖ ਲਈਏ ਸਭ ਤੋਂ ਜ਼ਿਆਦੀ ਕੁਰਬਾਨੀ ਸਿੱਖ ਕੌਮ ਦੀ ਤੇ ਅੱਜ ਕਹਿ ਦੇਣਾ ਕਿ ਹਿੰਦੁਸਤਾਨ ਦੇ ਨਾਲ ਪਿਆਰ ਨਹੀਂ ਆ ਸਿੱਖ ਨੂੰ ਏਕਦਮ ਗਲਤ ਹੈ ਹੋਮਲੈਂਡ ਦੀ ਜਿੱਥੇ ਗੱਲ ਆਉਂਦੀ ਆ ਆਪਾਂ ਦੇਖੋ ਮੈਂ ਪਹਿਲਾਂ ਵੀ ਕਹਿ ਕਿ ਵਨ ਵੇ ਔਰ ਦੀ ਅਦਰ ਤੁਸੀਂ ਜੇ ਤੁਸੀਂ ਲੀਡ ਕਰਦੇ ਹੋ ਫੈਡਰੇਸ਼ਨ ਨੂੰ ਤੁਸੀਂ ਸਿੱਖ ਹੋਮਲੈਂਡ ਦੀ ਗੱਲ ਕਰੋਗੇ ਜਾਂ ਨਹੀਂ ਹਾਂ ਜਾਂ ਨਾ ਤੇ ਯਾ ਤਾਂ ਸਾਨੂੰ ਸਾਡੇ ਦਿੱਤੇ ਜਿਹੜੇ ਵਾਅਦੇ ਕੀਤੇ ਹੱਕ ਮਿਲ ਜਾਣ ਤੇ ਯਾ ਸਾਨੂੰ ਫਿਰ ਸਿਕਨਫਰਮੈਂਟ ਦੇ ਦੇ ਕੋਈ ਮਨਜੀਤ ਸਿੰਘ ਦਾ ਇੱਕ ਬੋਲ ਸੀਗਾ ਕਿ ਤੁਸੀਂ ਆਪਣੀ ਸੀਐਮਸ਼ਿਪ ਰੱਖੋ ਮੈਂ ਟੱਠੇ ਹੋਇਆ ਕਾਲ ਤੱਕ ਸਾਹ ਤੇ ਕੁਰਸੀ ਨਹੀਂ ਡਾ ਸਕਦਾ ਭਰਚਨ ਸਿੰਘ ਲੋਂਗੋਵਾਲ ਨਾਲ ਜਦੋਂ ਇਹੀ ਗੱਲ ਕੀਤੀ ਉਹ ਕਹਿੰਦੇ ਸਾਨੂੰ ਸੀਐਮਸ਼ਿਪ ਦੇ ਦਿਓ ਅਸੀਂ ਇਹ ਪੂਰ ਸਾਡੀ ਮੰਗ ਨਹੀਂ ਸੀ ਉਹ ਮਤਾਂ ਅਨੰਦਪੁਰ ਦਾ ਸੀਗਾ ਉਧੇ ਚ ਪੰਜਾਬ ਦੇ ਵੱਧ ਅਧਿਕਾਰਾਂ ਦੀ ਗੱਲ ਵੀ ਸੀ ਤੇ ਉਹੀ ਵੱਧ ਅਧਿਕਾਰ ਲੈਣ ਨੂੰ ਅੱਜ ਅਸੀਂ ਦਿੱਲੀ ਮੋਰਚੇ 'ਚ ਬੈਠੇ ਹ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ ਸੀ ਸ਼੍ਰੋਮਣੀ ਅਕਾਲੀ ਦਲ ਵਾਧੂ ਅਧਿਕਾਰਾਂ ਦੀ ਗੱਲ ਕਰਦਾ ਸੀ ਸ਼੍ਰੋਮਣੀ ਅਕਾਲੀ ਦਲ ਹੀ ਮੋਰਚਾ ਲਾਉਂਦਾ ਕੀ ਲੱਗਦਾ 10 ਸਾਲਾਂ ਦੇ ਵਿੱਚ ਇੱਕ ਵਾਰ ਵੀ ਆਵਾਜ਼ ਉਠਾਈ ਗਈ ਹੈ ਅਕਾਲੀ ਦਲ ਬਾਦਲ ਦੇ ਬਣ ਜੋ ਤੋਂ ਗਤਾਰੀਆਂ ਨਾ ਹੁੰਦੀਆਂ ਤੇ ਅੱਜ ਜਿਹੜੇ ਸਮੱਸਿਆ ਉੱਠਦੀ ਪਈ ਹੈ ਆਪਣੇ ਵਦਦਕਾਰਾਂ ਦੀ ਵੀ ਸਮੱਸਿਆ ਉੱਠਦੀ ਪਈ ਹੈ ਉਹ ਨਹੀਂ ਸੀ ਹੋਣੀ ਡਾਕਟਰ ਸੁਰਜੀਤ ਪਾਤਰ ਨੇ ਲਿਖਿਆ ਹੈ ਕੱਪਤਾ ਜਦੋਂ ਖਲਾਫ ਕਹੇ ਤਾਂ ਉਸ ਦੇ ਲਫ਼ਜ਼ ਨਾ ਬਦਲੀਏ ਸਗੋਂ ਖੁਦ ਨੂੰ ਬਦਲੀਏ ਨਾਂ ਵੀ ਬਦਲ ਸਕੀਏ ਤਾਂ ਬਦਲਣ ਲਈ ਤੜਪੀਏ ਕਿਉਂਕਿ ਤੜਪਣ ਵਿੱਚ ਹੀ ਮਾਨਵਤਾ ਹੈ ਤੜਪਣ ਵਿੱਚ ਹੀ ਇਨਕਲਾਬ ਹੈ ਤੇ ਅਜਿਹੀ ਤੜਪਣ ਹੀ ਇਸ ਸ਼ਖਸੀਅਤ ਦੇ ਵਿੱਚ ਹੈ ਜਿਸ ਨੂੰ ਅਸੀਂ ਮਲੌਣ ਜਾ ਰਹੇ ਆ ਸੰਤਾਂ ਦੇ ਪੋਤੇ ਨੇ ਸੰਤ ਭਿੰਡਰਾਂ ਵਾਲਿਆਂ ਦੇ ਪੋਤੇ ਨੇ ਜਿਨ੍ਹਾਂ ਨਾਲ ਅਸੀਂ ਮਲੌਣ ਜਾ ਰਹੇ ਆ ਕੈਨੇਡਾ ਦੀ ਪੀਆਰ ਆ ਗਈ ਸੀ ਪਰ ਜੋ ਤੜਪਨ ਦਿਲ ਦੇ ਵਿੱਚ ਸੀ ਜੋ ਤੜਪਨ ਦਿਲ ਦੇ ਵਿੱਚ ਸੀ ਉਹ ਪੀਆਰ ਨੂੰ ਠੋਕਰ ਮਾਰ ਕੇ ਪੰਜਾਬ ਦੀ ਜਵਾਨੀ ਨੂੰ ਲਾਂਬੰਦ ਕਰਨ ਦੇ ਲਈ ਆ ਗਈ ਤਾਂ ਮੇਰੇ ਨਾਲ ਨੇ ਕਮਰ ਚੜਤ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋ ਪੰਜਾਬ ਟੀਵੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹਾ ਜਾਂਦਾ ਕਿ ਤੜਪਨ ਵਿੱਚ ਹੀ ਇਨਕਲਾਬ ਹੈ ਤੜਪਨ ਦੇ ਵਿੱਚ ਹੀ ਬਦਲਾਅ ਹੈ ਜੀ ਇੱਕ ਜਿਹੜੀ ਇਹ ਤੜਪਣਾ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਮੇਰੀ ਪੀਆਰ ਆ ਗਈ ਸੀ ਪਰ ਮੈਂ ਪੀਆਰ ਛੱਡ ਕੇ ਆ ਗਿਆ ਕੈਨੇਡਾ ਦੀ ਅੱਜ ਕੱਲ ਪੰਜਾਬ ਦੀ ਜਵਾਨੀ ਬਾਹਰ ਨੂੰ ਜਾ ਰਹੀ ਹੈ ਹਾਈਲਟਸ ਕਰ ਰਹੇ ਆ ਸਾਰੇ ਪਲੱਸ 2 ਤੋਂ ਬਾਅਦ ਹੀ ਤੇ ਤੁਸੀਂ ਪੀਆਰ ਛੱਡ ਕੇ ਆ ਗਏ ਜੀ ਇਹ ਹੀ ਕਿਹੜੀ ਤੜਪਣਾ ਵੀ ਨੌਜਵਾਨੀ ਕਿੱਧਰ ਨੂੰ ਜਾਵੇ ਮੈਂ ਬੇਨਤੀ ਕਰਨਾ ਚਾਹਾਂਗਾ ਜੀ ਕਿ ਹਰ ਇੱਕ ਜੋ ਕਾਰਜ ਹੁੰਦਾ ਹੈ ਕਿਸੇ ਦੀ ਜ਼ਿੰਦਗੀ ਦੇ ਵਿੱਚ ਤੇ ਉਹਦੇ ਪਿੱਛੇ ਇੱਕ ਵਿਧੀ ਬੰਦੀ ਹੈ ਤੇ ਜਦੋਂ ਇੱਕ ਜਾਗਰੂਕਤਾ ਦੀ ਲੋੜ ਹੁੰਦੀ ਹੈ ਕੁਈ ਅਹਿਮ ਫੈਸਲੇ ਕਿਉਂਕਿ ਇੱਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਪੂਰੀ ਜ਼ਿੰਦਗੀ ਨੂੰ ਬਦਲਣ ਦੇ ਵਿੱਚ ਸਿਰਫ ਇੱਕ ਫੈਸਲਾ ਹੀ ਬਹੁਤ ਹੁੰਦਾ ਹੈ ਹੂੰ ਸੋ ਇਸ ਦੇ ਪਿੱਛੇ ਜਾਗਰੂਕਤਾ ਵੀ ਹੈ ਆਪਣੇ ਪੰਜਾਬ ਦੇ ਲਈ ਪੰਜਾਬੀ ਬੋਲੀ ਦੇ ਲਈ ਆਪਣੀ ਕੌਮ ਦੇ ਲਈ ਪਿਆਰ ਵੀ ਹੈ ਹੂੰ ਕਿਉਂਕਿ ਸੰਤ ਕਰਤਾਰ ਸਿੰਘ ਜੀ ਤੋਂ ਲੈ ਕੇ ਤੇ ਭਾਈ ਅਮਰੀਕ ਸਿੰਘ ਜੀ ਭਾਈ ਮਨਜੀਤ ਸਿੰਘ ਜੀ ਤੇ ਉਹਨਾਂ ਤੋਂ ਬਾਅਦ ਫਿਰ ਸਾਡੇ ਤੱਕ ਜੋ ਪਹੁੰਚਿਆ ਹੈ ਉਹ ਇੱਕ ਸਿੱਖੀ ਜਜ਼ਬਾ ਹੈ ਇਕ ਜਜ਼ਬਾਤ ਹੈ ਸਿੱਖੀ ਦੇ ਪ੍ਰਤੀ ਇੱਕ ਪਿਆਰ ਹੈ ਆਪਣੀ ਕੌਮ ਦੇ ਪ੍ਰਤੀ ਸੋ ਉਸ ਨੂੰ ਛੱਟ ਕੇ ਜਾਣਾ ਮੈਂ ਸਮਝਦਾ ਕਿ ਜਿਹੜੇ ਅੱਜ ਕੱਲ ਨੌਜਵਾਨ ਬਾਹਰ ਜਾ ਰਹੇ ਨੇ ਕੁਝ ਦੀ ਮਜਬੂਰੀ ਵੀ ਹੈ ਕੁਝ ਸ਼ੌਂਕ ਦੇ ਤੌਰ ਤੇ ਵੀ ਜਾਂਦੇ ਨੇ ਪਰ ਜੇਨਾਂ ਦੀ ਮਜਬੂਰੀ ਹੈ ਉਹ ਆਰਥਿਕ ਤੌਰ ਤੇ ਵੀ ਹੋ ਸਕਦੀ ਹੈ ਜਿਹੜੇ ਆਪਾਂ ਕਨਸਿਡਰ ਕਰ ਸਕਦੇ ਆ ਬਟ ਜੇ ਆਪਾਂ ਕਹੀਏ ਕਿ 50% ਮਜਬੂਰੀ ਦੇ ਕਾਰਨ ਜਾਂਦੇ ਨੇ ਤੇ 50% ਸ਼ੌਂਕ ਦੇ ਕਾਰਨ ਜਾਂਦੇ ਨੇ ਇਹ ਰੇਸ਼ੋ ਉੱਤੇ ਥੱਲੇ ਵੀ ਹੋ ਸਕਦਾ ਹੈ ਜਦੋਂ ਆਪਾਂ ਇਤਿਹਾਸ ਦੀ ਗੱਲ ਕਰਦੇ ਆ ਕਿ ਆਪਾਂ ਨੂੰ ਜਾਗਰੂਕਤਾ ਕਿੰਨੀ ਆ ਆਪਣੇ ਪੰਜਾਬ ਦੇ ਨਾਲ ਪਿਆਰ ਕਿੰਨਾ ਹੁਣ ਇੱਕ ਇਨਸਾਨ ਦੀਆਂ ਤਿੰਨ ਮਾਂਵਾਂ ਹੁੰਦੀਆਂ ਨੇ ਇੱਕ ਮਾਂ ਉਹ ਜਿਹੜੀ ਉਹਨੂੰ ਜਨਮ ਦਿੰਦੀ ਹੈ ਹੂੰ ਦੂਸਰੀ ਮਾਂ ਉਹ ਜਿਸ ਧਰਤੀ ਤੇ ਉਹ ਜਨਮ ਲੈਂਦਾ ਹੂੰ ਤੀਸਰੀ ਮਾਂ ਜਿਹੜੀ ਬੋਲੀ ਉਹਦੀ ਹੂੰ ਸੋ ਆਪਣੀ ਮਾਂ ਦਾ ਤਾਂ ਮਾਪਿਆਂ ਦਾ ਆਪਣੇ ਸੇਵਾ ਕਰਨਾ ਸਭ ਤੋਂ ਵੱਡਾ ਫਰਜ਼ ਹੈ ਆਪਣਾ ਮਾਪੇ ਰੱਬ ਦਾ ਰੂਪ ਹੁੰਦੇ ਨੇ ਦੂਸਰੀ ਗੱਲ ਕਿ ਜਿਸ ਧਰਤੀ ਤੇ ਅਸੀਂ ਜਨਮੇ ਆ ਉਸ ਧਰਤੀ ਦੇ ਹੋ ਕੇ ਰਹਿਣਾ ਬਹੁਤ ਵੱਡੀ ਗੱਲ ਹੈ। ਤੀਸਰੀ ਆਪਣੀ ਬੋਲੀ ਨੂੰ ਅਪਣਾਉਣਾ। ਸਾਡੇ ਇਸ ਧਰਤੀ ਦਾ ਇਤਿਹਾਸ ਵੀ ਬਹੁਤ ਬਲੱਖਣ ਹੈ। ਇਹ ਚੋਂ ਸਿਰਫ ਕਣਕ ਝੋਨਾ ਨਹੀਂ ਪੈਦਾ ਹੋਇਆ। ਇਹਦੇ ਚੋਂ ਐਸੇ-ਐਸੇ ਮਹਾਨ ਸੂਰਬੀਰ ਯੋਧੇ ਪੈਦਾ ਹੋਏ ਨੇ ਜਿਨ੍ਹਾਂ ਨੇ ਕੇਵਲ ਪੰਜਾਬ ਦਾ ਨਹੀਂ ਹਿੰਦੁਸਤਾਨ ਦਾ ਨਹੀਂ ਪੂਰੀ ਦੁਨੀਆ ਦਾ ਮਾਰਗਦਰਸ਼ਨ ਕੀਤਾ। ਆਪਾਂ ਵੇਖਦੇ ਹਾਂ ਅੱਜ ਸੰਤ ਜਰਨੈਲ ਸਿੰਘ ਜੀ ਦੀ ਸ਼ਹੀਦੀ ਤੋਂ ਬਾਅਦ ਭਾਈ ਅਮਰੀਕ ਸਿੰਘ ਜੀ, ਬਾਬਾ 18 ਸਿੰਘ ਜੀ, ਜਨਰਲ ਸੁਬੇਕ ਸਿੰਘ ਜੀ ਦੀ ਸ਼ਹੀਦੀ ਤੋਂ ਬਾਅਦ ਇੱਕ ਸਿੱਖ ਕੌਮ ਦੇ ਵਿੱਚ ਨਵੀਂ ਰੂਹ ਉਹਨਾਂ ਨੇ ਫੂਕਤੀ ਉਹਨਾਂ ਦੀ ਸ਼ੀਰਤੀ ਨੇ ਕਿ ਦੁਨੀਆ ਦੇ ਕੋਨੇ-ਕੋਨੇ ਤੇ ਅੱਜ ਗੁਰਦੁਆਰੇ ਵੇਖਣ ਨੂੰ ਮਿਲਦੇ ਨੇ ਸੋ ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਕਿ ਅਸੀਂ ਜੇ ਆਪਣੇ ਨੌਜਵਾਨਾਂ ਨੂੰ ਆਪਣੇ ਇਤਿਹਾਸ ਦੇ ਨਾਲ ਜੋੜਾਂਗੇ ਮੇਰੇ ਖਿਆਲ ਦੇ ਨਾਲ ਹੈ ਕਿ ਕਾਫੀ ਇੱਕ ਖਿੱਚ ਬਣ ਜਾਵੇਗੀ ਪੰਜਾਬ ਦੇ ਵਿੱਚ ਰਹਿ ਕੇ ਆਪਣੀ ਕੌਮ ਦੀ ਗੱਲ ਕਰਨ ਦੀ ਕਿਉਂਕਿ ਜੇ ਤੁਹਾਨੂੰ ਆਪਣਾ ਇਤਿਹਾਸ ਨਹੀਂ ਪਤਾ ਹੋਏਗਾ ਵੀਰ ਜੀ ਤੇ ਆਪਾਂ ਆਪਣੇ ਹੱਕ ਨਹੀਂ ਜਾਣ ਸਕਦੇ ਜਦੋਂ ਆਪਣੇ ਹੱਕ ਨਹੀਂ ਜਾਣਾਂਗੇ ਤਾਂ ਆਪਾਂ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਵੀ ਨਹੀਂ ਕਰ ਸਕਾਂਗੇ ਜੋ ਹੱਕਾਂ ਦੀ ਗੱਲ ਕਰ ਰਹੇ ਹੋ ਤੁਸੀਂ 1973 ਤੋਂ ਲੈ ਕੇ ਲਗਾਤਾਰ ਪਾਪਾ ਕਰਤਾਰ ਸਿੰਘ ਪਿੰਡਰਾਂ ਵਾਲਿਆਂ ਦੀ ਗੱਲ ਕਰ ਲਈ ਉਸ ਤੋਂ ਬਾਅਦ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਦੀ ਗੱਲ ਕਰੀ ਜਿਸ ਪਹਿਲਾਂ ਸੀ 8 ਸਾਲ ਸੇਵਾ ਸੀਗੀ ਉਹਨਾਂ ਦੀ 77 ਤੱਕ ਸੇਵਾ ਸੀਗੀ ਜਿਸ ਤਰੀਕੇ ਦੇ ਨਾਲ ਅਨੰਦਪੁਰ ਮਤਾ ਜਦੋਂ ਪਾਇਆ ਜਾਂਦਾ ਨਾਲਪੁਰ ਮਤੀ ਦੀ ਲੜਾਈ ਲੜੀ ਜਾਂਦੀ ਆ ਫਿਰ ਧਰਮ ਯੁੱਧ ਮੋਰਚਾ ਲੱਗਦਾ ਪੰਜਾਬ ਦੀਆਂ ਮੰਗਾਂ ਸੀ ਵੱਧ ਅਧਿਕਾਰਾਂ ਦੀਆਂ ਮੰਗਾਂ ਸੀਗੀਆਂ ਉਸ ਤੋਂ ਬਾਅਦ ਜਿਹੜਾ ਹੈ ਬਲੂ ਸਟਾਰ ਹੋ ਜਾਂਦਾ ਉਹ ਮੰਗਾਂ ਅੱਜ ਵੀ ਉੱਥੇ ਖੜੀਆਂ ਨੇ 37 ਸਾਲ ਬਾਅਦ ਵੀ ਕੌਮ ਉੱਥੇ ਹੀ ਖੜੀ ਆ ਕੀ ਲੱਗਦਾ ਲਾਮਬੰਦ ਕਰਨ ਦੇ ਵਿੱਚ ਸਾਡੇ ਲੀਡਰਾਂ ਦੀ ਵੀ ਕਮੀ ਰਹੀ ਹੋਊਗੀ ਜੇ ਨੌਜਵਾਨ ਬਾਹਰ ਨੂੰ ਜਾ ਰਹੇ ਨੇ ਹਕਾਂ ਦਾ ਨਹੀਂ ਪਤਾ ਕਿਤੇ ਨਾ ਕਿਤੇ ਲੀਡਰਾਂ ਦੀ ਵੀ ਕਮੀ ਰਹੀ ਹੋਈ ਹੋਊਗੀ ਜਾਂ ਜੋ ਸਰਕਾਰਾਂ ਸੀਗੀਆਂ ਚਾਹੇ ਅਕਾਲੀ ਦਲ ਦੀ ਸਰਕਾਰ ਸੀ ਚਾਹੇ ਕਾਂਗਰਸ ਦੀ ਸਰਕਾਰ ਸੀ ਕੀ ਲੱਗਦਾ ਹੈ ਕਿਤੇ ਨਾ ਕਿਤੇ ਰੁਜ਼ਗਾਰ ਦੀ ਕਮੀ ਰਹੀ ਹੋਊਗੀ ਜੋ ਮੰਗਾਂ ਸੀਗੀਆਂ ਜੋ ਮੰਗਾਂ ਸੀਗੀਆਂ ਅਨੰਦਪੁਰ ਮਤੇ ਦੇ ਵਿੱਚ ਬਾਦੂ ਅਧਿਕਾਰਾਂ ਦੀਆਂ ਮੰਗਾਂ ਤਾਂ ਉਹ ਤਾਂ ਸੈਂਟਰ ਨਾਲ ਰਹਿ ਗਈਆਂ ਪਰ ਪੰਜਾਬ ਸਰਕਾਰ ਦੀ ਜੇ ਗੱਲ ਕਰ ਲਈਏ ਕੀ ਲੱਗਦਾ ਪੰਜਾਬ ਦੀਆਂ ਸਰਕਾਰਾਂ ਚਾਹੇ ਕਾਂਗਰਸ ਦੀਆਂ ਆਈਆਂ ਹੁਣ ਚਾਹੇ ਅਕਾਲੀ ਦਲ ਦੀ ਸਰਕਾਰ ਆਈ ਹੋਵੇ ਉਹ ਉਹਨਾਂ ਦਾ ਕਿੰਨਾ ਕੁ ਦੋਸ਼ਮਾਨ ਦਿਓ ਜਾਂ ਸਾਡੇ ਲੀਡਰਸ ਜਿਹੜੇ ਨੇ ਉਹਨਾਂ ਦਾ ਕਿੰਨਾ ਕੁ ਦੋਸ਼ ਵੇਖੋ ਜੀ ਆਪਾਂ ਨੂੰ ਥੋੜਾ ਜਿਹਾ ਇੱਕ ਬ੍ਰਾਡ ਆਸਪੈਕਟ ਲੈ ਕੇ ਚੱਲਣਾ ਪਊਗਾ ਜਦੋਂ ਆਪਾਂ ਆਪਣੇ ਮੰਗਾ ਨਾਮ ਅੰਨੇ ਜਾਣ ਦੇ ਕਾਰਨ ਆਪਾਂ ਫਰੂਲਦੇ ਆ ਸਭ ਤੋਂ ਪਹਿਲਾਂ ਤਾਂ 47 ਚ ਆਪਾਂ ਵੇਖ ਲਈਏ ਸਭ ਤੋਂ ਜ਼ਿਆਦੀ ਕੁਰਬਾਨੀ ਸਿੱਖ ਕੌਮ ਦੀ ਸਭ ਤੋਂ ਜ਼ਿਆਦੀ ਸ਼ਹੀਦੀਆਂ ਸਿੱਖ ਕੌਮ ਦੀਆਂ ਸਭ ਤੋਂ ਜ਼ਿਆਦੇ ਕਾਲੀ ਪਾਣੀ ਦੀ ਸਜ਼ਾਵਾ ਜੱਲਿਆਂ ਵਾਲੇ ਬਾਗ ਹਰ ਇੱਕ ਥਾਂ ਤੇ ਉੱਤੇ ਸਿੱਖ ਸ਼ਹੀਦ ਹੁੰਦਾ ਆਇਆ ਹੈ ਤੇ ਅੱਜ ਕਹਿ ਦੇਣਾ ਕਿ ਹਿੰਦੁਸਤਾਨ ਦੇ ਨਾਲ ਪਿਆਰ ਨਹੀਂ ਹੈ ਸਿੱਖ ਨੂੰ ਏਕਦਮ ਗਲਤ ਹੈ ਇਹ ਦੇਸ਼ ਦੇ ਵਿੱਚ ਸਭ ਤੋਂ ਜਿਆਦਾ ਜੇ ਕੁਰਬਾਨੀ ਸਿੱਖਾਂ ਨੇ ਕੀਤੀ ਹੈ ਤੇ ਆਪਣੇ ਦੇਸ਼ ਪ੍ਰਤੀ ਪਿਆਰ ਤੇ ਕਰਨ ਆਪਣੇ ਧਰਤੀ ਪ੍ਰਤੀ ਪਿਆਰ ਉਹ ਵੱਖਰੀ ਗੱਲ ਹੈ ਕਿ ਜਦੋਂ ਵੰਡ ਹੋਈ ਹੈ ਪੰਜਾਬ ਦੇ ਵਿੱਚੋਂ ਹੋਈ ਹੈ ਉਸ ਮਗਰੋਂ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਦਾ ਇੱਕ ਦਰਜਾ ਦਿੱਤਾ ਗਿਆ 25 ਧਾਰਾ ਇੱਕ ਹੈਗੀ ਆਰਟੀਕਲ 25 ਬੀ 25 ਉਹਦੇ ਵਿੱਚ ਸਿੱਖਾਂ ਨੂੰ ਕੇਸ਼ਾਤਾਰੀ Hindu ਵੀ ਕਿਹਾ ਗਿਆ ਤਾਂ ਜੋ ਸਾਡੇ ਬਣਦੇ ਹੱਕ ਸੀਗੇ ਜੋ ਉਹਨਾਂ ਦੇ ਪੁਰਖਿਆਂ ਨੇ ਸਾਡੇ ਪੁਰਖਿਆਂ ਦੇ ਨਾਲ ਵਾਅਦੇ ਕੀਤੇ ਸੀਗੇ ਕਿ ਤੁਹਾਨੂੰ ਇੱਕ ਉਤਰੀ ਪਾਰਤੇ ਦੇ ਵਿੱਚ ਖਿੱਤਾ ਦੇਵਾਂਗੇ ਜਿੱਧਰ ਸਿੱਖ ਆਪਣੀ ਆਜ਼ਾਦੀ ਦਾ ਨਿਗ ਮਾਨਣਗੇ ਸੋ ਮੈਂ ਸਮਝਦਾ ਹਾਂ ਕਿ ਕਿਤੇ ਨਾ ਕਿਤੇ ਆਪਣੀ ਲੀਡਰਸ਼ਿਪ ਭਵੇਂ ਬਲਦੇਵ ਸਿੰਘ ਜੀ ਤੋਂ ਵੇਖ ਲਈਏ ਮਾਸਟਰ ਤਾਰਾ ਸਿੰਘ ਤੋਂ ਵੇਖ ਲਈਏ ਕਿਤੇ ਨਾ ਕਿਤੇ ਹਰ ਇੱਕ ਸਮੇਂ ਦੇ ਵਿੱਚ ਆਪਾਂ ਉਸ ਟਾਰਗੇਟ ਨੂੰ ਅਚੀਵ ਕਰਨ ਦੇ ਵਿੱਚ ਅਸਫਲ ਹੁੰਦੇ ਰਹੇ ਹਾਂ ਜਦੋਂ 1984 ਦਾ ਹਮਲਾ ਵੀ ਹੁੰਦਾ ਹੈ ਤੇ ਅਨੇਕ ਸਿੰਘਾਂ ਸਿੰਘਣੀਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸੰਤ ਜਰਨੈਲ ਸਿੰਘ ਵੀ ਸ਼ਹੀਦ ਹੋ ਕੇ ਕੌਮ ਦੇ ਦਿਗਜ ਆਦੂ ਆਗੂ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਆ ਉਹ ਉਹਨਾਂ ਨੇ ਸ਼ਹੀਦੀ ਦੀ ਔਦੀ ਮਾਣੀ ਤੇ ਕੁਝ ਸਿੰਘ ਅਜਿਹੇ ਸਨ ਜਿਹੜੇ ਜੇਲਾਂ ਦੇ ਵਿੱਚ ਗਏ ਜਿੱਧਰ ਜਿੱਧਰ ਉਹਨਾਂ ਦੇ ਸੰਤ ਜਰਨੈਲ ਸਿੰਘ ਨੇ ਪੋਸਟਿੰਗ ਕੀਤੀ ਹੋਈ ਸੀਗੀ ਕਿਤੇ ਉਹਨਾਂ ਨੇ ਕੰਪਲੈਕਸ 'ਚ ਰਹਿਣਾ ਸੀਗਾ ਉਹਦੇ ਹਿਸਾਬ ਦੇ ਨਾਲ ਨਹੀਂ ਮੇਰਾ ਸਵਾਲ ਸੀ ਕਿ ਤੁਹਾਨੂੰ ਲੱਗਦਾ ਵੀ ਲੀਡਰਾਂ ਦਾ ਦੋਸ਼ ਰਿਹਾ ਪਰਚਾਰਕਾਂ ਦਾ ਦੋਸ਼ ਰਿਹਾ ਮੈਂ ਆ ਰਿਹਾ ਮੈਂ ਆ ਰਿਹਾ ਉਹਨਾਂ ਚੋਂ ਕੁਝ ਸਿੰਘ ਜਿਹੜੇ ਜੋਧਪੁਰ ਜੇਲ੍ਹ ਦੇ ਵਿੱਚ ਵੀ ਗਏ ਵਕ ਵਕ ਥਾਵਾਂ ਦੇ ਵਿੱਚੋਂ ਹੁੰਦੇ ਹੋਏ ਜੋਧਪੁਰ ਜਿਲ੍ਹੇ ਚ ਗਏ ਉਹਨਾਂ ਚੋਂ ਇੱਕ ਭਾਈ ਮਨਜੀਤ ਸਿੰਘ ਵੀ ਸਨ ਹਰਮਿੰਦਰ ਸਿੰਘ ਸੰਤੂ ਸਨ ਅੱਜ ਤੱਕ ਕਈ ਐਸੇ ਨਾਮ ਆਪਾਂ ਨੂੰ ਵੇਖਣ ਵਾਲੇ ਮਿਲਦੇ ਆ ਜਿਹੜੇ ਜੋਧਪੁਰ ਜਿਲ੍ਹੇ ਸੰ ਹੁਣ ਜੋਧਪੁਰ ਜੇਲ੍ਹ ਦੇ ਵਿੱਚ ਭਾਈ ਸਾਹਿਬ ਭਾਈ ਮਨਜੀਤ ਸਿੰਘ ਨੂੰ 올 ਇੰਡੀਆ ਸਟੂਡੈਂਟਸ ਫੈਡਰੇਸ਼ਨ ਦਾ ਪ੍ਰਧਾਨ ਬਣਾ ਦਿੱਤਾ ਜਾਂਦਾ ਭਾਈ ਮਜੀਤ ਸਿੰਘ ਤੋਂ ਬਾਅਦ ਸੋ ਰਜੀਵ ਗਾਂਧੀ ਵੱਲੋਂ ਚਾਰ ਮੀਟਿੰਗਾਂ ਕੀਤੀਆਂ ਜਾਂਦੀਆਂ ਨੇ ਇੱਕ ਪਾਸੇ ਭਾਈ ਮਨਜੀਤ ਸਿੰਘ ਤੇ ਹਰਮਿੰਦਰ ਸੰਤੂ ਹੁੰਦੇ ਨੇ ਉਹਦੇ ਪੈਰਲਲ ਹੀ ਜਿਹੜੇ ਸੰਤ ਹਰਚਨ ਸਿੰਘ ਲੌਂਗਰਵਾਲ ਦੇ ਨਾਲ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਨੇ ਤੇ ਮੰਗਾਂ ਪੁੱਛੀਆਂ ਜਾਂਦੀਆਂ ਨੇ ਤੇ ਕਿਹਾ ਜਾਂਦਾ ਲਾਲਚ ਦਿੱਤਾ ਜਾਂਦਾ ਜਿਵੇਂ ਹਮੇਸ਼ਾ ਹੀ ਸਿੱਖਾਂ ਨੂੰ ਲਾਲਚ ਦੇ ਕੇ ਤੇ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਕੋਜੀ ਕੋਸ਼ਿਸ਼ ਕੀਤੀ ਗਈ ਕਿ ਨਾ ਆਪਣੇ ਹੱਕ ਮੰਗਣ ਸੋ ਪਹਿਮਨਜੀਤ ਸਿੰਘ ਦਾ ਇੱਕ ਬੋਲ ਸੀਗਾ ਕਿ ਤੁਸੀਂ ਆਪਣੀ ਸੀਐਮਸ਼ਿਪ ਰੱਖੋ ਮੈਂ ਠੱਠੇ ਹੋਇਆ ਕਾਲ ਤੱਕ ਸਾਫ਼ ਤੇ ਕੁਰਸੀ ਨਹੀਂ ਡਾ ਸਕਦਾ ਤੁਸੀਂ ਪਹਿਲਾਂ ਆਣ ਕੇ ਤੇ ਮਾਫੀ ਮੰਗੋ ਗਨ ਫੜ ਕੇ ਸਿਰ ਝੁਕਾ ਕੇ ਉਧਰ ਮਾਫੀ ਮੰਗੋ ਫਿਰ ਆਪਾਂ ਜਿਹੜੇ ਆ ਕਿਸੇ ਅਗਾਹ ਗੱਲ ਕਰ ਸਕਦੇ ਆ ਹੂੰ ਚੰਡੀਗੜ੍ਹ ਨੂੰ ਤੇ ਪੰਜਾਬ ਦੇ ਵਾਦੇ ਅਧਿਕਾਰਾਂ ਨੂੰ ਰਜੀਵ Gandhi ਮੰਨ ਗਏ ਸੀਗੇ ਹੂੰ ਪਰ ਫਿਰ ਉਹਨਾਂ ਨੇ ਜਿਵੇਂ ਆਪਾਂ ਤਕੜੀ ਤੇ ਤੋਲ ਕੇ ਵੇਖਦੇ ਆ ਹੂੰ ਕਿ ਹਰਚਰਨ ਸਿੰਘ ਸੰਥਰਚਨ ਸਿੰਘ ਲੋਂਗੋਵਾਲ ਨਾਲ ਜਦੋਂ ਇਹੀ ਗੱਲ ਕੀਤੀ ਉਹ ਕਹਿੰਦੇ ਸਾਨੂੰ ਸੀਐਮ ਸ਼ਿਪ ਦੇ ਦਿਓ ਪਰ ਸਿੰਘ ਕੋਈ ਸਾਡੀ ਮੰਗ ਨਹੀਂ ਹੈਗੀ ਹੂੰ ਕੀ ਲੱਗਦਾ ਫਿਰ ਆਪਣੀ ਗਦਾਰ ਸੀ ਵੇਖੋ ਕਿਤੇ ਨਾ ਕਿਤੇ ਜਿਵੇਂ ਮੈਂ ਪਹਿਲਾਂ ਹੀ ਕਿਹਾ ਕਿ ਆਪਣੀ ਲੀਡਰਸ਼ਿਪ ਆਪਣੇ ਜਿਹੜੇ ਆਗੂ ਨੇ ਉਹਨਾਂ ਤੋਂ ਕਿਤੇ ਨਾ ਕਿਤੇ ਗਲਤੀਆਂ ਐਸੀਆਂ ਹੋਈਆਂ ਨੇ ਜਿਹਦੇ ਕਾਰਨ ਕਿਉਂਕਿ ਜੋ ਮਤਾ ਅਨੰਦਪੁਰ ਦਾ ਸੀਗਾ ਉਹਦੇ ਚ ਪੰਜਾਬ ਦੇ ਵਾਧ ਅਧਿਕਾਰਾਂ ਦੀ ਗੱਲ ਵੀ ਸੀ ਤੇ ਉਹੀ ਵਾਧ ਅਧਿਕਾਰ ਲੈਣ ਨੂੰ ਅੱਜ ਅਸੀਂ ਦਿੱਲੀ ਮੋਰਚੇ 'ਚ ਬੈਠੇ ਆਂ ਸਾਡੇ ਪਾਣੀਆਂ ਦਾ ਭਾਵੇਂ ਮਸਲਾ ਹੋਏ ਤੇ ਭਾਵੇਂ ਖੇਤੀ ਦਾ ਮਸਲਾ ਹੋਏ ਉਹ ਅਨੰਦਪੁਰ ਤੇ ਮਤੇ ਵੱਤੀ ਤੇ ਜੇ ਉਦੋਂ ਆਪਾਂ ਮਨਜ਼ੂਰ ਕਰਵਾ ਲੈਂਦੇ ਪਰ ਜਦੋਂ ਚਲੋ ਇਸ ਹਿਸਾਬ ਦੇ ਨਾਲ ਹੋਇਆ ਕਿ ਸੰਧਰਚਨ ਸਿੰਘ ਲੌਂਗਵਾਲ ਬਾਹਰ ਚੱਲ ਗਏ ਤੇ ਜਿਹੜੇ ਸਰਦਾਰ ਸੀਗੇ ਉਹ ਜੇਲਾ ਸੀਗੇ ਤੇ ਜਿਹੜੇ ਦੂਜੇ ਸੀਗੇ ਉਹ ਬਾਹਰ ਹੋ ਗਏ ਤੇ ਇਸ ਕਾਰਨ ਕਾਫੀ ਜਿਹੜੀਆਂ ਸਮੇਂ-ਸਮੇਂ ਤੇ ਉਸ ਤੋਂ ਬਾਅਦ ਸਿਰ ਨੂੰ ਢਾ ਲੱਗਦੀ ਹੈ ਜੀ ਜੀਤ ਬਰਨਾਲਾ ਦੀ ਸਰਕਾਰ ਵੀ ਆਉਂਦੀ ਹੈ ਬਾਦਲ ਦੀ ਸਰਕਾਰ ਵੀ ਆਉਂਦੀ ਹੈ ਕੀ ਲੱਗਦਾ ਉਹਨਾਂ ਉਹਨਾਂ ਵੱਲੋਂ ਕੌਮ ਬਾਦਲ ਸਾਹਿਬ ਤਾਂ ਇਹ ਵੀ ਕਹਿੰਦੇ ਰਹੇ ਆ ਜਿਸ ਤਰੀਕੇ ਨਾਲ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਰਹੇ ਆ ਕਿ ਮੇਰਾ ਰਾਜ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗਾ ਹੋਊਗਾ ਰਾਜ ਜਿਹੜਾ ਅਕਾਲੀ ਦਲ ਦਾ ਰਾਜ ਆਊਗਾ ਉਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗਾ ਹੋਊਗਾ ਵੇਖੋ ਮੈਂ ਇੱਕ ਗੱਲ ਇੱਧਰ ਕਹਿ ਰਿਹਾ ਨੌਜਵਾਨੀ ਬਾਹਰ ਕਿਉਂ ਗਈ ਮੈਂ ਤੁਹਾਨੂੰ ਇੱਕ ਉਹੀ ਗੱਲ ਦੱਸ ਰਿਹਾ ਨਾ ਕਿ ਇਹ ਸਮੇ ਸਮੇ ਤੇ ਫੈਡਰੇਸ਼ਨ ਦੇ ਜਿਹੜੇ ਵਰਕਰਸ ਨੇ 95 ਤੋਂ ਬਾਅਦ ਚਲੋ ਜੋਟਾ ਲੱਗਦੀ ਹੈ ਫੈਡਰੇਸ਼ਨ ਨੂੰ ਅ ਕਾਫੀ ਤੂਫਾਨ ਪੈ ਜਾਂਦੇ ਨੇ ਸ਼ਖਾਵਾਂ ਨਿਕਲ ਆਉਂਦੀਆਂ ਨੇ ਪਰ ਫਿਰ ਵੀ ਸਿਆਸੀ ਸਿਆਸੀਕਰਨ ਹੋ ਗਿਆ ਫੈਡਰੇਸ਼ਨ ਦਾ ਵੀ ਜਿਹੜਾ ਸਿਆਸਤ ਨੇ ਵਿੱਚ ਇਸ ਤਰੀਕੇ ਦੇ ਨਾਲ ਪ੍ਰਵੇਸ਼ ਕੀਤਾ ਕਿ ਇਸ ਕਰਕੇ ਫਾੜ ਹੋ ਗਈ ਇਹ ਉਤੋਂ ਵੀ ਲੀਡਰਸ਼ਿਪ ਵੱਲੋਂ ਵੀ ਜਿਹੜਾ ਆ ਫੈਡਰੇਸ਼ਨ ਤੇ ਜੋਰ ਪਾ ਕੇ ਤੇ ਉਹਦੇ ਚ ਸ਼ਖਾਵਾਂ ਬਣਾਈਆਂ ਗਈਆਂ ਇਹਦੇ 100% ਜਿਹੜਾ ਆ ਆਪਾਂ ਫੈਡਰੇਸ਼ਨ ਦੇ ਵਰਕਰਸ ਦੇ ਉੱਤੇ ਨਹੀਂ ਕਰ ਸਕਦੇ ਉਹ ਦੋਸ਼ ਨਹੀਂ ਮੜ ਸਕਦੇ ਮੈਂ ਜੋ ਬੇਨਤੀ ਕਰ ਰਿਹਾ ਕਿ ਸਮੇਂ-ਸਮੇਂ ਤੇ ਉਸ ਤੋਂ ਬਾਅਦ ਵੀ ਫੈਡਰੇਸ਼ਨਸ ਦੇ ਜਿਹੜੇ ਲੀਡਰਸ ਰਹੇ ਨੇ ਉਹਨਾਂ ਦੇ ਜਿਹੜੇ ਵਰਕਰ ਰਹੇ ਨੇ ਕੰਮ ਕਰਦੇ ਰਹੇ ਨੇ ਹੱਕਾਂ ਦੇ ਵੀ ਮੰਗ ਕਰਦੇ ਰਹੇ ਨੇ ਪਰ ਜੋ ਇੱਕ ਸੰਸਥਾ ਦੇ ਵਿੱਚ ਰਹਿ ਕੇ ਹੋ ਸਕਦਾ ਸੀਗਾ ਉਹ ਵੱਖਰੇ-ਵੱਖਰੇ ਹੋ ਕੇ ਉਹ ਅਚੀਵ ਨਹੀਂ ਹੋ ਸਕਿਆ ਜਦੋਂ ਤੱਕ ਹੁਣ ਮੈਂ ਫਿਰ ਤੋਂ ਉਹੀ ਗੱਲ ਕਰਨ ਲੱਗਾ ਜਦੋਂ ਤੱਕ ਆਪਾਂ ਨੂੰ ਆਪਣਾ ਇਤਿਹਾਸ ਨਹੀਂ ਪਤਾ ਹੋਊਗਾ ਹੁਣ ਅੱਜ ਦੀ ਆਪਾਂ ਜਵਾਨੀ ਨੂੰ ਪੁੱਛ ਲਈਏ ਆਨੰਦਪੁਰ ਦੇ ਮਤੇ ਪਾਰੇ ਨਹੀਂ ਪਤਾ ਹੋਏਗਾ ਕੀ ਮੰਗਾ ਪਹਿਲੀਆਂ ਤਿੰਨ ਮੰਗਾ ਕੀ ਸੀਗੀਆਂ ਸੰਤ ਜਰਨੈਲ ਸਿੰਘ ਦੀਆਂ ਆਨੰਦਪੁਰ ਦੇ ਮਤੇ ਨੂੰ ਅਫੀਸ਼ੀਅਲ ਹੋਣ ਤੋਂ ਪਹਿਲਾਂ ਉਹ ਨਹੀਂ ਪਤਾ ਹੋਣਗੀਆਂ ਫੈਡਰੇਸ਼ਨ ਦੀ ਵਰਕਿੰਗ ਕੀ ਸੀ ਟਕਸਾਲ ਦੀ ਵਰਕਿੰਗ ਕੀ ਸੀ ਤੇ ਕੀ ਐਸੇ ਘਟਨਾਕਰਮ ਹੋਏ ਜਿਹਦੇ ਚਲਦਿਆਂ 1984 ਹੋਇਆ ਸਾਨੂੰ ਨਹੀਂ ਪਤਾ ਉਹਦੇ ਨਾਲ ਨਾਲ ਜੋ ਆਪਣੇ ਹੱਕ ਸੀਗੇ ਲੈਣ ਵਾਲੇ ਭਾਵੇਂ 47 ਤੋਂ ਪਹਿਲਾਂ ਜਿਹੜੇ ਹੱਕ ਵਾਅਦੇ ਕੀਤੇ ਗਏ ਸੀ ਭਾਵੇਂ 84 ਦੇ ਵਿੱਚ ਹੱਕ ਜਿਹੜੇ ਵਾਅਦੇ ਕੀਤੇ ਗਏ ਸੀਗੇ ਉਹ ਅਸੀਂ ਭੁੱਲ ਗਏ ਸੋ ਐਜੂਕੇਸ਼ਨ ਸਿਸਟਮ ਦੇ ਵਿੱਚ ਹੁਣ ਕਿਸੇ ਕੌਮ ਨੂੰ ਖਤਮ ਕਰਨਾ ਹੋਵੇ ਮੈਂ ਇਹ ਬਾਹਰ ਵੀ ਕਰਨੀ ਹੋਣਾ ਸ਼੍ਰੋਮਣੀ ਅਕਾਲੀ ਦਲ ਦਾ 10 ਸਾਲ ਪੰਜਾਬ ਦੇ ਵਿੱਚ ਰਾਜ ਰਿਹਾ ਪਿਛਲੇ 10 ਸਾਲਾਂ ਦੀ ਜੇ ਗੱਲ ਕਰ ਲਈ ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਦੀ ਗੱਲ ਕਰਦਾ ਸੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ ਸੀ ਸ਼੍ਰੋਮਣੀ ਅਕਾਲੀ ਦਲ ਵਾਧੂ ਅਧਿਕਾਰਾਂ ਦੀ ਗੱਲ ਕਰਦਾ ਸੀ ਸ਼੍ਰੋਮਣੀ ਅਕਾਲੀ ਦਲ ਹੀ ਮੋਰਚਾ ਲ ਹੁੰਦਾ ਪਰ ਜਿਸ ਤਰੀਕੇ ਦੇ ਨਾਲ ਕੀ ਲੱਗਦਾ 10 ਸਾਲਾਂ ਦੇ ਵਿੱਚ ਇੱਕ ਵਾਰ ਵੀ ਆਵਾਜ਼ ਉਠਾਈ ਗਈ ਹੈ ਅਕਾਲੀ ਦਲ ਬਾਦਲ ਦੇ ਵੱਲੋਂ ਤੁਹਾਡੇ ਫਾਦਰ ਸਾਹਿਬ ਵੀ ਅਕਾਲੀ ਦਲ ਬਾਦਲ ਦੇ ਕਾਫੀ ਨਜ਼ਦੀਕ ਨੇ ਵੇਖੋ ਜੇ 84 ਦੇ ਵਿੱਚ ਜਾਂ 84 ਤੋਂ ਬਾਅਦ ਵੀ ਜਦੋਂ ਗ੍ਰਿਫਤਾਰੀਆਂ ਹੋਈਆਂ ਨੇ ਤੇ ਜੇ ਉਹ ਧੋਗਦਾਰੀਆਂ ਨਾ ਹੁੰਦੀਆਂ ਤੇ ਅੱਜ ਜਿਹੜੇ ਸਮੱਸਿਆ ਉੱਠਦੀ ਪਈ ਹੈ ਆਪਣੇ ਵਾਅਦਤਕਾਰਾਂ ਦੀ ਵੀ ਸਮੱਸਿਆ ਉੱਠਦੀ ਪਈ ਹੈ ਉਹ ਨਹੀਂ ਸੀ ਹੋਣੀ। ਹੂੰ ਠੀਕ ਹੈ ਜੀ ਤੇ ਬਾਅਦ ਦੀ ਜੋ ਲੀਡਰਸ਼ਿਪ ਨੇ ਕੀਤਾ ਉਹ ਕੀਤਾ ਬਟ ਜੇ ਆਪਾਂ ਪਹਿਲਾਂ ਉਸ ਚੀਜ਼ ਨੂੰ ਵਿਚਾਰ ਲੈਂਦੇ ਜਦੋਂ ਹੁਣ ਕੀ ਲੱਗਦਾ ਹੁਣ ਜਿਹੜੇ ਹੁਣ ਪਿਛਲੇ 10 ਸਾਲ ਸੀ ਗੱਲ ਕੰਪਲੀਟ ਕਰ ਲੈਣ ਤੁੰ데 ਉਦੋਂ ਅਕਾਲੀ ਉਹ ਵਾਦੇ ਭੁੱਲ ਗਏ ਮੈਂ ਤੁਹਾਨੂੰ ਦੱਸਦਾ ਹੂੰ ਕਿ ਜਦੋਂ 99 ਦੇ ਵਿੱਚ ਲੀਡਰਸ਼ਿਪ ਵੀ ਬਾਹਰ ਆਉਂਦੀ ਫੈਡਰੇਸ਼ਨ ਤੇ ਜਾਂ ਜਿਹੜੇ ਵੀ ਚੋਦਪੁਰ ਜੇਲ੍ਹ ਚ ਵੀ ਸੀਗੇ ਤੇ ਫੈਡਰੇਸ਼ਨ ਵੱਲੋਂ ਇਲੈਕਸ਼ਨ ਜਦੋਂ ਹੋਣੀਆਂ ਸੀਗੀਆਂ ਤੇ ਖਾੜਕੂ ਬਾਅਦ ਐਸਾ ਸੀਗਾ ਉਹ ਖਾੜਕੂ ਇੱਕ 네ਗੇਟਿਵ ਟਰਮ ਨਹੀਂ ਹੈਗੀ ਉਸ ਟਰਮ ਨੂੰ 네ਗੇਟਿਵ ਕੀਤਾ ਗਿਆ ਹੈ ਜੋ ਉਸ ਟਾਈਮ ਤੇ ਕਰਮ ਹੋਏ ਨੇ ਗਲਤ ਕਰਮ ਵੀ ਇੱਕ ਕਰਮ ਹੋਏ ਨੇ ਸੋ ਕਹਿੰਦੇ ਸੀਗੇ ਕਿ ਜਿਹੜੇ ਜੇਲ੍ਹ ਚੋਂ ਆਏ ਨੇ ਉਹਨਾਂ ਨੂੰ ਲੜਨ ਨਹੀਂ ਦੇਣਾ ਸੀ ਇਲੈਕਸ਼ਨ ਨਹੀਂ ਲੜਨ ਦੇਣੀ ਉਹ ਇੱਕ ਸਮੁੱਚੀ ਸਿੱਖ ਲੀਡਰਸ਼ਿਪ ਸੀ ਜੇ ਇਸ ਲੀਡਰਸ਼ਿਪ ਦੀ ਗੱਲ ਆਪਾਂ ਸੁਣਦੇ ਆ YouTube ਦੇ ਉੱਤੇ ਭਾਈ ਭਰਪੂਰ ਸਿੰਘ ਬਲਬੀਰ ਨੇ ਵੀ ਜ਼ਿਕਰ ਕੀਤਾ ਹੈ ਕਿ ਲੀਡਰਸ਼ਿਪ ਸਿੱਖ ਚਾਹੀਦੀ ਹੈ ਪਰ ਗੁਰੂ ਦੇ ਓਟ ਆਸਰੇ ਦੇ ਅਧੀਨ ਫੈਸਲੇ ਕਰਨ ਵਾਲੀ ਚਾਹੀਦੀ ਹੈ ਸੋ ਉਹ ਸਿੱਖ ਲੀਡਰਸ਼ਿਪ ਬਣ ਚੱਲੀ ਸੀ ਪਰ ਮੁੰਡਿਆਂ ਦਾ ਜੋਰ ਐਸਾ ਸੀਗਾ ਕਈਆਂ ਨੂੰ ਚਲੋ ਪਿਛੋਕੜ ਬਾਰੇ ਵੀ ਨਹੀਂ ਪਤਾ ਸਹੀ ਗਲਤ ਦੇ ਪਛਾਣ ਨਹੀਂ ਪਤਾ ਮੋਰੈਲਿਟੀ ਨਹੀਂ ਸੀ ਹੈਗੀ ਸੋ ਉਹਦੇ ਚਲਦਿਆਂ ਜਿਹੜੇ ਫੈਡਰੇਸ਼ਨ ਦੇ ਵਰਕਰ ਮਾਰਨੇ ਜਿੰਨੂੰ ਖਲਾਰ ਦਿੰਦੇ ਸੀਗੇ ਉਹਨੂੰ ਮਾਰ ਦਿੰਦੇ ਸੀਗੇ ਸੋ ਉਹਦੇ ਨਾਲ ਬਹੁਤ ਵੱਡਾ ਨੁਕਸਾਨ ਮੈਂ ਸਮਝਦਾ ਹੋਇਆ ਹਾਂ ਕਾਫੀ ਅਨੇਕਾਂ ਐਸੇ ਸਿੰਘ ਸ਼ਹੀਦ ਕਰ ਦਿੱਤੇ ਗਏ ਜਿਨ੍ਹਾਂ ਦੀ ਕੌਮ ਨੂੰ ਬੇਹੱਦ ਲੋੜ ਸੀ ਉਹਦੇ ਚਲਦਿਆਂ 91 ਦੇ ਵਿੱਚ ਤੇ ਅਗਾਹ ਵੀ ਦੋ ਵਾਰੀ ਬਾਇਕਾਟ ਹੋਇਆ ਇਲੈਕਸ਼ਨ ਦਾ ਉਹ ਜੋ ਲਹਿਰ ਸੀ ਅ ਇੱਕ 84 ਤੋਂ ਬਾਅਦ ਚੱਲੀ ਲਹਿਰ ਸੀ ਜਦੋਂ ਬਾਹਰ ਆਏ ਨੇ ਸਿੰਘ ਬਾਹਰ ਆਏ ਨੇ ਉਹ ਲਹਿਰ ਫਿਰ ਤੋਂ ਨਹੀਂ ਬਣ ਸਕੀ ਜੇ ਉਹ ਲਹਿਰ ਫਿਰ ਤੋਂ ਬਣ ਜਾਂਦੀ ਹਮ ਤੇ ਉਸ ਵਿੱਚ ਹੀ ਸਿੱਖ ਲੀਡਰਸ਼ਿਪ ਵੀ ਆ ਜਾਣੀ ਸੀ ਤੇ ਜਿੱਥੇ ਮੌਜੂਦਾ ਲੀਡਰਸ਼ਿਪ ਦੀ ਸਵਾਲ ਸੀ ਅਕਾਲੀ ਦਲ ਅਕਾਲੀ ਦਲ ਦਾਅਵੇ ਕਰਦਾ ਸੀ ਅਕਾਲੀ ਦਲ ਹੀ ਵੱਧ ਅਧਿਕਾਰਾਂ ਦੀ ਗੱਲ ਕਰਦਾ ਸੀ ਅਕਾਲੀ ਦਲ ਨੇ ਮੋਰਚੇ ਲਾਏ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਰਾਜ ਹੋਵੇ ਬੀਜੇਪੀ ਦੇ ਨਾਲ ਸਾਂਝ ਹੋਵੇ ਤੁਹਾਡੇ ਫਾਦਰ ਸਾਹਿਬ ਨਜ਼ਦੀਕ ਨੇ ਅਕਾਲੀ ਦਲ ਬਾਦਲ ਦੇ ਕੀ ਲੱਗਦਾ ਫਿਰ ਅਕਾਲੀ ਦਲ ਬਾਦਲ ਦੇ ਉੱਤੇ ਵੀ ਸਵਾਲ ਖੜੇ ਕਰਦੇ ਨੇ ਵਿਰੋਧੀ ਤਾਂ ਸਿਮਰਨਜੀਤ ਸਿੰਘ ਮਾਨ ਖੜੇ ਕਰਦੇ ਨੇ ਕਹਿੰਦੇ ਇਹਨਾਂ ਦੀ ਸਰਕਾਰ ਸੀ ਬੀਜੇਪੀ ਦੀ ਹੁਣ ਲੈ ਲੈਂਦੇ ਹੈ ਅਧਿਕਾਰ ਵੇਖੋ ਜੀ ਜਿੱਥੇ ਤੱਕ ਸਰਕਾਰਾਂ ਦੇ ਮਾਮਲੇ ਆਉਂਦੇ ਨੇ ਇਹ ਲੀਡਰਸ਼ਿਪ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਇਹ ਇਹ ਉਹਨਾਂ ਦੇ ਇੰਟਰਨਲ ਡਿਸੀਜਨਸ ਦੇ ਕਾਰਨ ਪੂਰਾ ਨਹੀਂ ਹੋ ਸਕਿਆ ਨਹੀਂ ਤਾਂ ਮੇਰੇ ਖਿਆਲ ਦੇ ਨਾਲ ਜਿਹੜਾ ਹੈ ਜੋ ਆਪਾਂ ਲੀਡਰਸ਼ਿਪ ਦੀ ਹੁਣੇ ਆਪਾਂ ਗੱਲ ਕਰਕੇ ਹਟੇ ਆ ਉਸ ਲੀਡਰਸ਼ਿਪ ਦੇ ਤਹਿਤ ਹੋ ਸਕਦਾ ਸੀ ਹੂੰ ਤੇ ਬਾਕੀ ਜਿੱਥੇ ਤੱਕ ਗੱਲ ਰਹੀ ਆ ਕਿ ਕਾਂਗਰਸ ਦੀ ਵੀ ਸਰਕਾਰ ਰਹੀ ਹੈ ਹੂੰ ਤੇ ਅਕਾਲੀ ਦਲ ਦੀ ਵੀ ਸਰਕਾਰ ਰਹੀ ਹੈ ਤੇ ਜੇ ਆਪਾਂ ਨੂੰ ਆਪਣੇ ਅਧਿਕਾਰ ਹੁਣ ਨਹੀਂ ਮਿਲੇ ਹੂੰ ਤੇ ਹੁਣ ਯੂਥ ਨੂੰ ਜਿਹੜਾ ਹੈ ਉੱਠ ਕੇ ਹੂੰ ਤੇ ਜਥੇਬੰਦ ਹੋ ਕੇ ਆਪਣੇ ਹੱਕ ਜਾਣ ਕੇ ਤੇ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤੇ ਉਹਦੇ ਲਈ ਇੱਕ ਪਲੇਟਫਾਰਮ ਦੀ ਬਹੁਤ ਵੱਡੀ ਲੋੜ ਹੁੰਦੀ ਹੈ ਆਪਣੀ ਆਵਾਜ਼ ਬੁਲੰਦ ਕਰਨ ਦੇ ਲਈ ਪਲੇਟਫਾਰਮ ਦੀ ਬਹੁਤ ਲੋੜ ਹੁੰਦੀ ਹੈ ਸੋ ਉਹ ਪਲੇਟਫਾਰਮ ਮੇਰੇ ਸਮਝ ਦੇ ਵਿੱਚ 올 ਇੰਡੀਆ ਸਿਕ ਸਟੂਡੈਂਟਸ ਫੈਡਰੇਸ਼ਨ ਪ੍ਰੋਵਾਈਡ ਕਰ ਸਕਦਾ ਦੇ ਸਕਦਾ ਕਿਉਂਕਿ 78 ਦੇ ਵਿੱਚ ਜਦੋਂ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ 올 ਇੰਡੀਆ ਸਿਕ ਸਟੂਡੈਂਟਸ ਫੈਡਰੇਸ਼ਨ ਦੇ ਤਗੋਟ ਥੀਏਟਰ ਦੇ ਵਿੱਚ ਪ੍ਰਧਾਨ ਨਿਯੁਕਤੀ ਹੁੰਦੀ ਹੈ ਫੈਡਰੇਸ਼ਨ ਦੇ ਵਿੱਚ ਸੋ ਨੁਕਤ ਹੋਏ ਸੋ ਉਸ ਟਾਈਮ ਤੇ ਕਾਮਰੇਡਾਂ ਦਾ ਬਹੁਤ ਭਾਰਾ ਜ਼ੋਰ ਸੀ ਸਿੱਖ ਵਿਰੋਧੀ ਲਹਿਰ ਤਾਂ ਬਹੁਤ ਵੱਡਾ ਜ਼ੋਰ ਸੀ ਚੰਗੇ ਚੰਗੇ ਸਿੱਖ ਪਰਿਵਾਰ ਜਿਹੜੇ ਨੇ ਉਹ ਵਿਰੋਧੀ ਧਿਰ ਦੇ ਵਿੱਚ ਜਾ ਕੇ ਮਾਨਸਿਕ ਤੌਰ ਤੇ ਉੱਤੇ ਮਿਲਦੇ ਪਏ ਸੀ ਸੋ ਉਹਨਾਂ ਦਿਨਾਂ ਦੇ ਵਿੱਚ ਜਦੋਂ ਨਾ ਕੋਈ ਖਾਸ ਮੀਡੀਆ ਨਾ ਸੋਸ਼ਲ ਮੀਡੀਆ ਅਖਬਾਰਾਂ ਵੀ ਗਿਣੇ ਚੁਣੀਆਂ ਉਸ ਟਾਈਮ ਦੇ ਵਿੱਚ ਆਪਣੀ ਆਵਾਜ਼ ਰੱਖਣੀ ਹਾਕਾਂ ਤੋਂ ਜਾਣੂ ਕਰਾਉਣਾ ਗੁਰਮੁਖ ਟ੍ਰੇਨਿੰਗ ਕੈਂਪ ਕਰਨੇ ਸਟੱਡੀ ਸਰਕਲਸ ਕਰਨੇ ਤੇ ਇੰਨਾ ਅਣਥਕ ਪ੍ਰਚਾਰ ਕਰਕੇ ਇੱਕ ਸਿੱਖੀ ਜਜ਼ਬੇ ਦੀ ਲਹਿਰ ਖੜੀ ਕਰ ਦਿੱਤੀ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਨੇ ਕਿ ਨੌਜਵਾਨ ਆਪਣੇ ਚਿਹਰੇ ਤੇ ਦਾੜੀ ਕੇਸ ਰੱਖਣਾ ਸਿਰ ਦੇ ਉੱਤੇ ਦਸਤਾਰ ਸਜਾਉਣਾ ਆਪਣਾ ਮਾਨ ਸਮਝਦੇ ਸਨ ਇੱਕ ਐਸਾ ਵੀ ਟਾਈਮ ਆਇਆ ਸੀਗਾ ਜਦੋਂ ਲਹਿਰ ਆਪਣੀ ਚਰਮ ਸੀਮਾ ਤੇ ਗਈ ਹੈ 올 ਇੰਡੀਆ 6 ਸਟੂਡੈਂਟਸ ਫੈਡਰੇਸ਼ਨ ਦੀ ਕਿ ਕਈ ਬਾਜ਼ਾਰਾਂ ਦੇ ਵਿੱਚੋਂ ਪੀਲੀਆਂ ਖਟੀਆਂ ਪੱਗਾਂ ਦੀ ਘਾਟ ਹੋ ਗਈ ਸੀ ਸੋ ਜੋ ਜਜ਼ਬਾ ਭਾਈ ਸੁਪਾ ਅਮਰੀਕ ਸਿੰਘ ਦਾ ਸੀਗਾ ਹੁਣ ਭਾਈ ਅਮਰੀਕ ਸਿੰਘ ਵਰਗਾ ਸੰਤ ਜਰਨੈਲ ਸਿੰਘ ਵਰਗਾ ਕੋਈ ਹੋ ਨਹੀਂ ਸਕਦਾ 20ਵੀਂ ਸਦੀ ਦੇ ਮਹਾਨ ਯੋਧੇ ਰਹੇ ਨੇ ਪਰ ਉਹਨਾਂ ਦੇ ਪਾਏ ਪੂਰਨਿਆਂ ਤੇ ਆਪਾਂ ਜ਼ਰੂਰ ਚੱਲ ਸਕਦੇ ਹਾਂ ਮੈਂ ਇਹ ਬਾਰ-ਬਾਰ ਕਹਿੰਦਾ ਹਾਂ ਪਹਿਲੀ ਇੰਟਰਵਿਊਜ਼ ਦੇ ਵਿੱਚ ਵੀ ਕਿ ਜਿਹੜੀਆਂ ਸਮੂਚੀਆਂ ਸ਼ਾਖਾਵਾਂ ਬਣੀਆਂ ਨੇ ਫੈਡਰੇਸ਼ਨ ਦੀਆਂ ਹੂੰ ਕੁਝ ਸ਼ਾਖਾਵਾਂ ਸਾਡੇ ਨਾਲ ਸਹਿਮਤ ਨੇ ਉਹਨਾਂ ਦੇ ਮਨ ਤੇ ਵਿੱਚ ਵੀ ਇਹ ਗੱਲ ਹੈ ਕਿ ਜਿੱਥੇ ਫੈਡਰੇਸ਼ਨ ਦੀ ਗੱਲ ਸੀ ਜੋ ਲੀਡਰਸ਼ਿਪ ਦੀ ਗੱਲ ਸੀ ਜੋ ਅਧਿਕਾਰਾਂ ਦੀ ਗੱਲ ਫੈਡਰੇਸ਼ਨ ਬੇਬਾਕ ਹੋ ਕੇ ਕਰਦੀ ਸੀ ਉਹ ਅੱਜ ਗੱਲ ਨਹੀਂ ਹੈ ਤੇ ਉਹ ਇੱਕ ਪਲੈਟਫਾਰਮ ਤੇ ਆ ਕੇ ਬਣ ਸਕਦੀ ਆ ਹੂੰ ਸੋ ਮੈਂ ਸਮੇ ਸਮੇਤੇ ਇਨਵਾਈਟ ਕਰਦਾ ਰਹਿਣਾ ਹੂੰ ਹਰ ਫੈਡਰੇਸ਼ਨ ਦੇ ਆਗੂ ਨੂੰ ਸਾਡੇ ਵੱਡੇ ਵੀ ਨੇ ਤਜ਼ਰਬੇਕਾਰ ਨੇ ਬੜੀ ਲੜਾਈ ਉਹਨਾਂ ਨੇ ਵੀ ਲੜੀ ਆ ਸੋ ਉਹ ਵੀ ਇੱਕੋ ਪਲੇਟਫਾਰਮ ਤੇ ਆ ਕੇ ਇੱਕ ਸਟੂਡੈਂਟਸ ਦੀ ਐਸੀ ਜਥੇਬੰਦੀ ਜਿਹੜੀ 1944 ਤੋਂ ਲੈ ਕੇ 78 78 ਤੋਂ ਲੈ ਕੇ 84 ਤੱਕ ਤੇ 91 ਤੱਕ ਵੀ ਰਹੀ 91 ਤੱਕ ਰਹੀ ਹੈ ਉਹਨੂੰ ਫਿਰ ਤੋਂ ਉਹਦੀ ਆਪਾਂ ਕਹਿੰਦੇ ਆ ਕਿ ਗਲੋਰੀਅਸ ਦਿਨਾਂ ਤੱਕ ਵਾਪਸ ਲੈ ਕੇ ਜਾ ਸਕਦੇ ਆ ਆਲ ਇੰਡੀਆ ਸਿਕ ਸਟੂਡੈਂਟ ਫੈਡਰੇਸ਼ਨ ਜੇ ਕਾਲਜਿਸ ਦੀ ਗੱਲ ਕਰ ਲਈਏ ਜਾਂ ਯੂਨੀਵਰਸਿਟੀਆਂ ਦੀ ਗੱਲ ਕਰ ਲਈਏ ਕਾਫੀ ਸਰਗਰਮ ਰਹੀ ਹੈ ਭਾਈ ਅਮਰੀਕ ਸਿੰਘ ਹੋਰਾਂ ਦਾ ਕਾਫੀ ਵੱਡਾ ਯੋਗਦਾਨ ਰਿਹਾ ਜਦੋਂ ਉਹ ਪ੍ਰਧਾਨ ਸੀਗੇ ਫੈਡਰੇਸ਼ਨ ਦੇ ਤਾਂ ਕੀ ਲੱਗਦਾ ਹੈ ਉਹ ਦੌਰ ਦੁਬਾਰਾ ਆ ਸਕੂਗਾ ਯੂਨੀਵਰਸਿਟੀਆਂ ਦੇ ਵਿੱਚ ਪਹੁੰਚ ਕਰੂਗੇ ਜਾਂ ਕਾਲਜੇਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਕੀ ਰੂਪਰੇਖਾ ਲਿਖੀ ਗਈ ਹੈ ਵੇਖੋ ਅਗਵਾਈ ਜਦੋਂ ਨੌਜਵਾਨ ਨੌਜਵਾਨੀ ਸੋਚ ਹਮ ਕਰੇਗੀ ਕਿ ਨੌਜਵਾਨਾਂ ਨੂੰ ਲਾਮਬੰਦ ਕਰਨ ਦੇ ਲਈ ਨੌਜਵਾਨੀ ਸੋਚ ਚਾਹੀਦੀ ਹੈ ਉਹਨਾਂ ਦੇ ਪੱਦਰ ਤੇ ਜਾ ਕੇ ਨੌਜਵਾਨਾਂ ਦੀ ਜੋ ਮੰਗਾ ਨੇ ਜੋ ਸਮੱਸਿਆਵਾਂ ਨੇ ਜੋ ਉਹਨਾਂ ਦੇ ਹੱਕ ਉਹਨਾਂ ਨੂੰ ਪਤਾ ਹੈ ਜਾਂ ਨਹੀਂ ਪਤਾ ਇਤਿਹਾਸ ਤੋਂ ਜਾਣੂ ਕਰਾਣਾ ਹਰ ਇੱਕ ਚੀਜ਼ ਨਾਲ ਕਰਨਾ ਉਹ ਇੱਕ ਨੌਜਵਾਨ ਕਰ ਸਕਦਾ ਹੈ ਤੇ ਮੈਂ ਸਮਝਦਾ ਕਿ ਅਗੂ ਨੌਜਵਾਨ ਹੋਏਗਾ ਪਰ ਸੋਚ ਭਾਈ ਮਰੀਕ ਸਿੰਘ ਦੀ ਜਿਹੜੀ ਆ ਉਹ ਚੱਲੇਗੀ ਕਿਉਂਕਿ ਕਿਸੇ ਨੂੰ ਸ਼ਹੀਦ ਜ਼ਰੂਰ ਕੀਤਾ ਜਾ ਸਕਦਾ ਹੈ ਸਰਕਾਰ ਨੇ ਸ਼ਹੀਦ ਕਰਕੇ ਅਮਰ ਕਰਤੇ ਨੇ ਅਮਰਸ਼ੀਦ ਭਾਈ ਅਮਰੀਕ ਸਿੰਘ ਜੀ ਆਪਾਂ ਅਮਰ ਸ਼ਹੀਦ ਕਹਨੇ ਆ ਉਹ ਸਾਡੇ ਚ ਹਮੇਸ਼ਾ ਲਈ ਅਮਰ ਹੋਏ ਨੇ ਤੇ ਉਹਨਾਂ ਦੀ ਸੋਚ ਸਾਡੇ ਨਾਲ ਹੈ ਜਦੋਂ ਉਹਨਾਂ ਦੀ ਸੋਚ ਤੇ ਅਸੀਂ ਪਹਿਰਾ ਦਵਾਂਗੇ ਸਿਰਫ ਬੋਲ ਕੇ ਨਹੀਂ ਕਿਉਂਕਿ ਉਹ ਵੀ ਕਰਨੀ ਤੇ ਕਥਨੀ ਦੇ ਮਾਹਰ ਸੀ ਜੋ ਕਹਿੰਦੇ ਸਨ ਤੇ ਉਹ ਕਰਦੇ ਸਨ ਸੋ ਜਦੋਂ ਅਸੀਂ ਉਹਨਾਂ ਦੀ ਸੋਚ ਤੇ ਪਹਿਰਾ ਦੇ ਕੇ ਤੇ ਸਿੱਖੀ ਜਜ਼ਬੇ ਦੀ ਲਹਿਰ ਖੜੀ ਕਰਨ ਦੀ ਯਤਨ ਕਰਾਂਗੇ ਜਰੂਰ ਸਾਨੂੰ ਸਫਲਤਾ ਜਿਹੜੀ ਉਹ ਪ੍ਰਾਪਤ ਹੋਏਗੀ ਸਿੱਖ ਨੌਜਵਾਨ ਜਿਹੜੇ ਨੇ ਹੁਣ ਪਤਤ ਵੀ ਹੋ ਰਹੇ ਨੇ ਉਹ ਟ੍ਰੈਂਡ ਚੱਲ ਪਿਆ ਜੀ ਜੱਲਾਂ ਲਾਉਣੀਆਂ ਨੇ ਤੇ ਦਾੜੀ ਨਹੀਂ ਰੱਖਣੀ ਹਨਾ ਸੋ ਉਹਨਾਂ ਦੇ ਵਿੱਚ ਗੁਰੂ ਦੇ ਪ੍ਰਤੀ ਪਿਆਰ ਪੈਦਾ ਕਰਨਾ ਇਤਿਹਾਸ ਨਾਲ ਜਾਣੂ ਕਰਵਾਉਣਾ ਆਪਣੀ ਪਹਿਚਾਣ ਦਾ ਵਜੂਦ ਜਿਹੜਾ ਆ ਉਹ ਜਿਉਂਦਾ ਰੱਖਣਾ ਹੁਣ ਪਹਿਚਾਣ ਕਿਵੇਂ ਬਣਦੀ ਸਾਡੀ ਬੋਲੀ ਤੋਂ ਸਾਡੀ ਪਹਿਚਾਣ ਸਾਡੇ ਨਾਮ ਤੋਂ ਹੁਣ ਅੱਜਕਲ ਨਾਮ ਕਾਫੀ ਪ੍ਰਚਲਿਤ ਹੋ ਗਏ ਨੇ ਜੇ ਅਰੇਬੀਅਨ ਨਾਮ ਰੱਖਣੇ ਆਰਬਿਕ ਨਾਮ ਰੱਖਣੇ ਜਾਂ ਇੱਧਰ ਉੱਧਰ ਦੇ ਜਾਂ ਆਪਾਂ ਨਿੱਕੇ ਨਾਮ ਮੌਂਟੀ ਬਿੱਟੂ ਇਹ ਉਹ ਚਲਾਉਣਾ ਸ਼ੁਰੂ ਕਰ ਗਏ ਪਰ ਜੋ ਆਪਣੇ ਆਪਾਂ ਨੂੰ ਵਿਰਾਸਤ ਦੇ ਵਿੱਚ ਸਾਨੂੰ ਮਿਲਿਆ ਸੀਗਾ ਸ ਬਹੁਤ ਸ਼ਾਨਦਾਰ ਨਾਮ ਮਿਲੇ ਸੀ ਜਿੱਦ ਤਰੋਂ ਸਾਡੀ ਪਛਾਣ ਹੁੰਦੀ ਸੀ ਆ ਸਿੰਘ ਆ ਗਿਆ ਸਿੰਘ ਆ ਗਿਆ ਮੂੰਹ ਪਰਦਾ ਸੀ ਨਾਮ ਲੈ ਕੇ ਸਾਡੀ ਪਛਾਣ ਸਾਡੀ ਪਹਿਰਾਵੇ ਤੋਂ ਵੀ ਹੁੰਦੀ ਆ ਅਸੀਂ ਆਪਣਾ ਪਹਿਰਾਵੇ ਵੀ ਛੱਡ ਰਹੇ ਹਾਂ ਆਪਣੇ ਬੋਲੀ ਛੱਡ ਰਹੇ ਹਾਂ ਮਿਸ਼ਨ ਬਲੂ ਸਟਾਰ ਹੁੰਦਾ ਜਦੋਂ ਤਾਂ ਸੰਤ ਕਹਿੰਦੇ ਆ ਕਿ 6 ਜੂਨ ਨੂੰ ਖਾਲਸਾਤਨ ਦੀ ਨਹੀਂ ਰੱਖੀ ਗਈ ਜੀ ਭਾਈ ਅਮਰੀਕ ਸਿੰਘ ਜੀ ਲੜ ਰਹੇ ਸੀ ਜਰਨਲ ਸੁਬੇਕ ਸਿੰਘ ਲੜ ਰਹੇ ਸੀ ਪਾ 18ਾ ਸਿੰਘ ਜੀ ਹੋਰ ਸਿੰਘ ਅਨੇਕਾ ਸਿੰਘ ਲੜ ਰਹੇ ਸੀ 6 ਜੂਨ ਨੂੰ 1984 ਨੂੰ ਸ਼ਹੀਦ ਹੁੰਦੇ ਨੇ ਉਹ ਜੋ ਤੁਸੀਂ ਕਿਹਾ ਕਿ ਭਾਈ ਅਮਰੀਕ ਸਿੰਘ ਜੀ ਦੀ ਸੋਚ ਸੀ ਉਹ ਅਸੀਂ ਹੁਣ ਲੈ ਕੇ ਆਵਾਂਗੇ ਨੌਜਵਾਨਾਂ ਦੇ ਵਿੱਚ ਜੋ ਉਹ ਸੋਚ ਸੀ 6 ਜੂਨ ਤੋਂ ਬਾਅਦ ਉਹਨਾਂ ਦਾ ਕੀ ਸੀ ਟੀਚਾ 6 ਜੂਨ ਤੋਂ ਬਾਅਦ ਉਹਨਾਂ ਦਾ ਟੀਚਾ ਸੀ ਕਿ ਅ ਦਰਬਾਰ ਸਾਹਿਬ ਦੇ ਉੱਤੇ ਜਦੋਂ ਫੌਜੀ ਹਮਲਾ ਹੋ ਗਿਆ ਤਾਂ ਖਾਲਸਾਤਨ ਦੀ ਨਹੀਂ ਰੱਖੀ ਗਈ ਇਹ ਸੰਤਾਂ ਦੇ ਬੋਲ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਤਾਂ ਕੀ ਲੱਗਦਾ ਉਹ ਜਿਹੜੀ ਆਵਾਜ਼ ਆ ਉਹ ਸਵਾਲ ਜਿਹੜੇ ਆ ਉਹ ਖੜੇ ਨੇ ਉਹ ਨੌਜਵਾਨਾਂ ਦੇ ਵਿੱਚ ਉਹ ਫੂਕੇ ਜਾਣਗੇ ਕੀ ਲੱਗਦਾ ਖਾਲਸਾਤਨ ਨੂੰ ਲੈ ਕੇ ਦੇਖੋ ਖਾਲਸਤਾਨ ਸੋਚ ਇੱਕ ਹਮ ਖਾਲਸ ਸੋਚ ਹੋਣਾ ਪਿਓਰ ਹਮ ਇੱਕ ਬੇਬਾਕ ਤਰੀਕੇ ਨਾਲ ਆਪਣੀ ਗੱਲ ਵੀ ਰੱਖਣਾ ਚੰਗੀ ਗੱਲ ਰੱਖਣਾ ਧਰਮ ਦੀ ਗੱਲ ਕਰਨੀ ਧਰਮ ਦੀ ਸੇਤ ਲੈ ਕੇ ਲੀਡਰਸ਼ਿਪ ਬਣਨੀ ਖਾਲਸਤਾਨ ਹਮ ਹੁਣ 1984 ਤੋਂ ਬਾਅਦ ਵੇਖ ਲੋ ਵੱਖਰੇ ਹੋਮਲੈਂਡ ਦੀ ਗੱਲ ਜਦੋਂ 6 ਜੂਨ ਤੋਂ ਬਾਅਦ ਉਹਨਾਂ ਨੇ ਕੀਤੀ ਆ ਕਿ 6 ਜੂਨ ਤੋਂ ਬਾਅਦ ਅਸੀਂ ਮੰਗ ਨਹੀਂ ਕਰਦੇ ਪਹਿਲਾਂ ਜੇ ਸਾਨੂੰ ਇੰਡੀਅਨ ਗਵਰਨਮੈਂਟ ਨਾਲ ਰੱਖਣਾ ਚਾਹੁੰਦੀ ਆ ਤਾਂ ਰੱਖੇ 6 ਜੂਨ ਤੋਂ ਬਾਅਦ ਜੇ ਹਮਲਾ ਹੋਇਆ ਤਾਂ ਉਹਨਾਂ ਨੇ ਕਿਹਾ ਕਿ ਹੁਣ ਖਾਲਸਾਤਾਨ ਦੀ ਨਹੀਂ ਰੱਖੀਗੀ ਜਦੋਂ ਫੌਜਾਂ ਚੜਾਈਆਂ ਸੀ ਕੀ ਲੱਗਦਾ ਸਿੱਖ ਹੋਮਲੈਂਡ ਦੀ ਸਭ ਤੋਂ ਪਹਿਲਾਂ ਫੈਡਰੇਸ਼ਨ ਕਰੂਗੀ ਹੁਣ ਕਰੂਗੀ ਫੈਡਰੇਸ਼ਨ ਜੇ ਤੁਸੀਂ ਲੀਡ ਕਰਦੇ ਹੋ ਇੱਕ ਇੱਕ ਗੱਲ ਤੁਹਾਨੂੰ ਮੈਂ ਸਾਫ਼ ਕਰ ਦੇਣਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਤਾਂ ਸੰਤ ਜਰਨੈਲ ਸਿੰਘ ਜੀ ਖਾਸਾ ਪਿੰਡ ਵਾਲੇ ਦੀ ਤਿੰਨ ਮੰਗਾਂ ਸੀਗੀਆਂ ਤਾਂ ਉਹ ਕਹਿੰਦੇ ਸੀ ਕਿ ਸਾਨੂੰ ਤਿੰਨ ਮੰਗਾਂ ਦੇ ਦਿਓ ਅਸੀਂ ਕੋਈ ਹਿੰਦੁਸਤਾਨ ਦੀ ਤਕਸੀਮ ਨਹੀਂ ਚਾਹੁੰਦੇ ਕੋਈ ਇਹਨੂੰ ਵੰਡਣਾ ਨਹੀਂ ਚਾਹੁੰਦੇ ਪਰ ਚੇ ਕੋਈ ਹੁਣ ਆਣ ਕੇ ਕਹਿੰਦਾ ਕਿ ਤੁਸੀਂ ਖਾਲਸਤਾਨ ਦੀ ਖਾਲਸਤਾਨ ਦੀ ਗੱਲ ਕਰਦੇ ਕਰਦੇ ਆਂ ਤੇ ਕਹਿੰਦੇ ਜਦੋਂ ਉਹ ਦਿੰਦੇ ਮੈਂ ਕਿਉਂ ਨਾ ਲਵਾਂ ਹੂੰ ਠੀਕ ਹੈ ਜੀ ਕਿ ਉਹਨਾਂ ਦਾ ਵੀ ਇੱਕ ਉਸ ਟਾਈਮ ਦੀ ਜਿਹੜੀ ਸਮੁੱਚੀ ਸਿੱਖ ਲੀਡਰਸ਼ਿਪ ਵੀ ਸੀਗੀ ਜਿਹੜੀ ਫੈਡਰੇਸ਼ਨ ਦੀ ਲੀਡਰਸ਼ਿਪ ਉਹ ਵੀ ਇਹੀ ਕਹਿੰਦੇ ਸੀਗੇ ਕਿ ਜਾਂ ਤਾਂ ਸਾਨੂੰ ਸਾਡੇ ਜਿਹੜੇ ਵਾਅਦੇ ਕੀਤੇ ਕਿਉਂਕਿ ਸਭ ਤੋਂ ਜਿਆਦਾ ਕੁਰਬਾਨੀ ਸਿੱਖਾਂ ਦੀ ਹੂੰ ਸਾਨੂੰ ਅਧਿਕਾਰ ਦੇ ਦਿਓ ਹੂੰ ਅਧਿਕਾਰ ਵਾਦ ਅਧਿਕਾਰਾਂ ਦੇ ਸੂਬਿਆਂ ਨੂੰ ਵਾਦ ਅਧਿਕਾਰਾਂ ਦੇ ਗੱਲ ਸੀਗੀ ਮਤੇ ਦੇ ਵਿੱਚ ਪਾਣੀਆਂ ਦੀ ਗੱਲ ਸੀ ਚੰਡੀਗੜ੍ਹ ਦੀ ਗੱਲ ਸੀ ਪੰਜਾਬ ਦਾ ਜਦੋਂ ਸੂਬਾ ਬਣਿਆ ਤੇ ਵੱਡੇ ਵੱਡੇ ਪੰਜਾਬੀ ਬੋਲਦੇ ਇਲਾਕੇ ਸਾਡੇ ਕੋਲੋਂ ਗਏ ਨੇ ਸਿਮਰਨਜੀਤ ਮਾਨ ਤਾਂ ਕਹਿੰਦੇ ਆ ਕਿ ਜੋ ਜੋ ਉਹ ਗੱਲਾਂ ਸੀ ਜੋ ਉਹ ਆਨੰਦਪੁਰ ਦਾ ਮਤਾ ਸੀ ਉਹ ਤਾਂ ਪਿੱਛੇ ਰਹਿ ਗਿਆ ਉਹਦੀ ਕੋਈ ਹੁਣ ਇੰਪੋਰਟੈਂਸ ਨਹੀਂ ਆ ਹੁਣ ਤਾਂ ਸਿੱਖ ਹੋਮਲੈਂਡ ਦੀ ਗੱਲ ਹੋਊਗੀ ਸੰਤਾ ਨੇ ਵੀ ਇਹੀ ਗੱਲ ਕਹੀ ਆ ਮੈਂ ਤੁਹਾਨੂੰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੈਨੂੰ ਗੱਲ ਕੰਪਲੀਟ ਕਰ ਲੈਣ ਦੋ ਜੀ ਕਿ ਯਾਂ ਤਾਂ ਸਾਡੀਆਂ ਇਹ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਕਰ ਦੋ ਤੇ ਜੇ ਤੁਹਾਨੂੰ ਸਿੱਖ ਨਰਾਸ਼ ਨਹੀਂ ਨਰਾਸ਼ ਨਹੀਂ ਆਉਂਦੇ ਤੇ ਸਾਨੂੰ ਸਾਡਾ ਹੋਮਲੈਂਡ ਵੱਖਰਾ ਕਰ ਦੋ ਹਣਾ ਤੇ ਜੇ ਉਹ ਆਪਾਂ ਕਹੀਏ ਕਿ ਉਹ ਮੰਗਾਂ ਹੁਣ ਮਾਇਨੇ ਨਹੀਂ ਰੱਖਦੀਆਂ ਜੇ ਉਹਨਾਂ ਚੋਂ ਇੱਕ ਮੰਗ ਅੱਜ ਆਪਾਂ ਖੇਤੀ ਵਾਲੀ ਮੰਨ ਲੈਨੇ ਜਾਂ ਪਾਣੀ ਵਾਲੀ ਮੰਨ ਲੈਨੇ ਕਿ ਉਹ ਮਾਇਨੇ ਨਹੀਂ ਰੱਖਦੀ ਮਾਇਨੇ ਰੱਖਦੀਆਂ ਨੇ ਬਿਲਕੁਲ ਰੱਖਦੀਆਂ ਨੇ ਪਰ ਜਿੱਥੇ ਕਿਤੇ ਨ ਕਿਤੇ ਹੁਣ 84 ਤੋਂ ਬਾਅਦ ਜਿੰਨਾ ਸਿੱਖ ਡਾਇਸਪੋਰਾ ਵਧਿਆ ਹੈ ਬਾਹਰਲੇ ਦੇਸ਼ਾਂ ਦੇ ਵਿੱਚ ਸਿੱਖ ਵਧੇ ਨੇ ਤੇ ਹਰ ਅਪਾਧ ਸ਼ਹਿਰ ਤੇ ਵਿੱਚ ਜਾਂਦੇ ਆ ਅਮਰੀਕਾ ਕੈਨੇਡਾ ਆਪਾਂ ਸਪੇਨ ਚਲਜੋ ਇਟਲੀ ਚਲਜੋ ਜਿੱਧਰ ਮਰਜ਼ੀ ਚਲਜੋ ਜਿੰਨੇ ਦੇਸ਼ਾਂ ਦੇ ਨਾਮ ਨੇ ਉਧਰ ਹੁਣ ਸਿੱਖ ਗੁਰਦੁਆਰੇ ਨੇ ਉਧਰ ਗੁਰਸਿੱਖ ਲੋਕ ਜਿਹੜੇ ਨੇ ਉਹ ਗੁਰੂ ਮਹਾਰਾਜ ਦੀ ਸੇਵਾ ਕਰਦੇ ਨੇ ਕਿਸੇ ਟਾਈਮ ਤੇ ਕਲੀਨ ਸ਼ੇਵਡ ਲੋਕਾਂ ਨੂੰ ਕਰਨਾ ਪੈਂਦਾ ਸੀਗਾ ਕਿਉਂਕਿ ਸਿੱਖ ਇੰਨਾ ਬਾਹਰ ਨਹੀਂ ਸੀ ਸਿੱਖੀ ਸੋਚ ਇੰਨੀ ਬਾਹਰ ਨਹੀਂ ਸੀ ਸੋ ਉਹਨਾਂ ਦੀ ਕੁਰਬਾਨੀ ਦਾ ਮੁੱਲ ਤਾਂ ਜ਼ਰੂਰ ਪਿਆ ਆਪਣਾ ਜਿਹੜਾ ਡਾਇਸਪੋਰਾ ਜਿਹੜਾ ਵਧਿਆ ਹੈ ਜਿੱਥੇ ਤੱਕ ਸਿੱਖ ਹੋਮਲੈਂਡ ਦੀ ਗੱਲ ਆਉਂਦੀ ਹੈ ਸਿੱਖ ਨੂੰ ਹਮੇਸ਼ਾ ਆਪਣੇ ਹੱਕਾਂ ਲਈ ਜੱਥੇਬੰਦ ਰਹਿਣਾ ਚਾਹੀਦਾ ਵਨ ਵੇਅਰ ਔਰ ਦੀ ਅਦਰ ਜਿੰਦਰ ਤੱਕ ਮੇਰੀ ਸੋਚ ਹੈ ਕਿ ਇੱਕ ਤਰੀਕੇ ਜਾਂ ਦੂਸਰੇ ਤਰੀਕੇ ਆਪਣੇ ਹੱਕ ਦੇ ਲਈ ਕਿਉਂਕਿ ਇੱਕ ਇਹ ਗੱਲ ਸਪਸ਼ਟ ਹੈ ਕਿ ਦਿੱਲੀ ਨੂੰ ਸਿੱਖ ਕਦੇ ਵੀ ਪਸੰਦ ਨਹੀਂ ਆਏ ਹਮੇਸ਼ਾ ਸਿੱਖਾਂ ਨਾਲ ਪੰਜਾਬ ਦੇ ਨਾਲ ਵੈਰ ਰਹਿ ਕਿਉਂਕਿ ਸਿੱਖ ਇੱਕ ਐਸੀ ਕੌਮ ਹੈ ਜਿਹੜੀ ਆਪਣੇ ਹੱਕਾਂ ਨੂੰ ਲੈ ਕੇ ਸਮੇ ਸਮੇ ਤੇ ਜਥੇਮੰਦ ਹੁੰਦੀ ਆਈ ਹੈ ਬੇਬਾਕ ਤਰੀਕੇ ਨਾਲ ਆਪਣੇ ਜਿਹੜੇ ਹਕਾਂ ਦਾ ਪ੍ਰਗਟਾਵਾ ਕੀਤਾ ਸਰਕਾਰ ਦੇ ਸਾਹਮਣੇ ਸੋ ਉਹਨਾਂ ਨੂੰ ਕੁਚਲਣ ਦੇ ਲਈ ਹੀ ਜਿਹੜਾ 1984 ਜਿਹੜਾ ਉਹ ਕੀਤਾ ਗਿਆ ਸੀਗਾ ਪਰ ਉਹ ਜਿਹੜੀ ਇੱਕ ਰੂਹ ਹੁੰਦੀ ਆ ਸਿੱਖੀ ਦੀ ਉਹ ਖਤਮ ਨਹੀਂ ਹੋ ਸਕਦੀ ਉਹ ਫਿਰ ਤੋਂ ਉਰੂ ਫੂਕੀ ਗਈ ਸਿੱਖ ਕੌਮ ਦੇ ਵਿੱਚ ਜਦੋਂ ਸੰਤ ਜਰਨੈਲ ਸਿੰਘ ਦੀ ਭਾਈ ਮਰੀਕ ਸਿੰਘ ਜੀ ਦੀ ਸ਼ਿੱਧੀ ਹੋਈ ਹੈ ਸੋ ਵਨ ਵੇਅ অর ਦੀ ਅਦਰ ਤੁਸੀਂ ਕਹੇ ਕਿ ਇੰਪੋਰਟੈਂਸ ਜਿਹੜੀ ਆ ਉਹਨਾਂ ਮੰਗਾਂ ਦੀ ਅੱਜ ਵੀ ਹੈਗੀ ਹੈ ਜੀ ਨਾਦਪੁਰ ਮਤੇ ਦੀ ਅੱਜ ਵੀ ਇੰਪੋਰਟੈਂਸ ਹੈ ਫਿਰ ਜਿਹੜੇ ਕਹਿੰਦੇ ਆ ਚਾਹੇ ਸਿਮਰਨਜੀਤ ਸਿੰਘ ਮਾਨ ਹੋਣ ਜਾਂ ਹੋਰ ਧੜੇ ਹੋਣ ਉਹ ਕਹਿੰਦੇ ਆ ਕਿ ਉਸ ਦੀ ਇੰਪੋਰਟੈਂਸ ਨਹੀਂ ਆ ਹੁਣ ਹੁਣ ਤਾਂ ਸਿੱਖ ਹੋਮਲੈਂਡ ਦੀ ਗੱਲ ਕਰਦੇ ਆ ਵੇਖੋ ਆਪਣਾ ਫਿਰ ਕੀ ਉਹ ਗਲਤ ਨੇ ਫਿਰ ਆਪਣਾ ਆਪਣਾ ਨਜ਼ਰੀਆ ਹੈ ਗਲਤ ਕੋਈ ਨਹੀਂ ਵੇਖੋ ਨਹੀਂ ਫਿਰ ਸੰਤਾਂ ਨੇ ਉਹ ਕਹਿੰਦੇ ਆ ਕਿ ਸੰਤਾਂ ਨੇ ਕਿਹਾ ਸੀ ਜੇ ਅਟੈਕ ਹੁੰਦਾ ਤਾਂ ਗੱਲ ਹੋਮਲੈਂਡ ਦੀ ਹੋਊਗੀ ਫਿਰ ਮੰਗਾ ਦੀ ਨਹੀਂ ਹੋਊਗੀ ਹੋਮਲੈਂਡ ਤੇ ਜਿੱਥੇ ਗੱਲ ਆਉਂਦੀ ਆ ਆਪਾਂ ਦੇਖੋ ਮੈਂ ਪਹਿਲਾਂ ਵੀ ਕਿਹਾ ਕਿ ਵਨ ਵੇ ਔਰ ਦੀ ਅਦਰ ਨਹੀਂ ਤੁਸੀਂ ਜੇ ਤੁਸੀਂ ਲੀਡ ਕਰਦੇ ਹੋ ਫੈਡਰੇਸ਼ਨ ਨੂੰ ਤੁਸੀਂ ਸਿੱਖ ਹੋਮਲੈਂਡ ਦੀ ਗੱਲ ਕਰੋਗੇ ਜਾਂ ਨਹੀਂ ਹਾਂ ਜਾਂ ਨਾ ਸਿੱਖਾਂ ਦੀ ਜਿਹੜੀ ਸੁਤੰਤਰਤਾ ਦੀ ਗੱਲ ਫੈਡਰੇਸ਼ਨ ਹਮੇਸ਼ਾ ਕਰਦੀ ਆਈ ਹੈ ਤੇ ਕਰਦੀ ਆਈ ਹੁਣ ਵੀ ਕਰੇਗੀ ਅੱਗੇ ਤੁਸੀਂ ਖਾਲਸਾ ਦੀ ਗੱਲ ਕਰੋਗੇ ਸਿੱਖ ਸੁਤੰਤਰਤਾ ਜਿਹੜੀ ਆ ਉਹਨੂੰ ਹੀ ਖਾਲਿਸਤਾਨ ਕਹਿੰਦੇ ਨੇ ਤਾਂ ਉਹਦੀ ਗੱਲ ਅਸੀਂ ਬਿਲਕੁਲ ਕਰਾਂਗੇ ਨਹੀਂ ਉਹ ਤਾਂ ਵੱਖਰੇ ਹੋਮਲੈਂਡ ਦੀ ਗੱਲ ਕਰਦੇ ਨੇ ਮਾਨ ਮੇਕੋ ਜਦੋਂ ਬਖਰੇ ਹੋਮਲੈਂਡ ਦੀ ਗੱਲ ਆਏਗੀ ਜੇ ਕੋਈ ਐਸੀ ਵਿਧੀ ਬਣਦੀ ਹੈ ਕਿ ਸਰਕਾਰ ਐਸੀ ਜ਼ਾਲਮ ਫਿਰ ਤੋਂ ਹੁੰਦੀ ਹੈ ਕਿਉਂਕਿ ਸਰਕਾਰ ਕਦੇ ਵੀ ਆਪਣੇ ਹਿੱਤ ਦੇ ਵਿੱਚ ਨਹੀਂ ਰਹੀ ਸੋ ਇਹ ਮੰਗ ਤਾਂ ਹਮੇਸ਼ਾ ਰਹੇਗੀ ਇਹ ਹੱਕ ਹਮੇਸ਼ਾ ਰਹੇਗਾ ਕਿ ਜਾਂ ਤਾਂ ਸਾਨੂੰ ਸਾਡੇ ਦਿੱਤੇ ਜਿਹੜੇ ਵਾਅਦੇ ਕੀਤੇ ਹੱਕ ਮਿਲ ਜਾਣ ਤੇ ਜਾਂ ਸਾਨੂੰ ਫਿਰ ਸਿਕਨੂ ਹੋਮਲੈਂਡ ਦਿੱਤਾ ਜਾਵੇ ਤਾਂ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਈ ਕੁਚਾ ਸਾਈ ਕੁਚਾ ਸਾਈ ਕੁਚਾ ਕਿਰਤਾਰ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਪੋਤੇ ਕਮਰ ਚੜਤ ਸਿੰਘ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਕੈਨੇਡਾ ਤੋਂ ਪੀਆਰ ਛੱਡ ਕੇ ਆਏ ਨੇ ਤੇ ਸਿੱਖੀ ਦਾ ਜਜ਼ਬਾ ਸਿੱਖੀ ਦਾ ਜਨੂਨ ਪੰਜਾਬ ਦੀ ਨੌਜਵਾਨੀ ਦੇ ਪੰਜਾਬ ਦੀ ਨੌਜਵਾਨੀ ਦੇ ਵਿੱਚ ਫੂਕਣ ਦੇ ਲਈ ਇਹ ਕੈਨੇਡਾ ਦੀ ਪੀਆਰ ਛੱਡ ਕੇ ਇੱਥੇ ਆਏ ਨੇ ਤੇ ਇਹਨਾਂ ਦਾ ਕਹਿਣਾ ਹੈ ਕਿ ਨੌਜਵਾਨੀ ਜਦੋਂ ਲਾਮਬੰਦ ਹੋਊਗੀ ਆਪਣੇ ਹੱਕਾਂ ਦੇ ਲਈ ਲਾਮਬੰਦ ਹੋਊਗੀ ਤਾਂ ਉਦੋਂ ਜਿਹੜੀਆਂ ਜ਼ਾਲਮ ਸਰਕਾਰਾਂ ਨੇ ਆਪੇ ਭੱਜ ਜਾਣ ਗੀਆਂ ਆਪੇ ਮਰ ਮੁੱਕ ਜਾਣ ਗੀਆਂ ਤੇ ਅਸੀਂ ਜਿਹੜਾ ਆ ਉਹੀ ਸਾਡਾ ਖਾਲਸਤਾਨ ਹੋਊਗਾ ਉਹੀ ਸਾਡੀ ਆ ਸੁਤੰਤਰਤਾ ਹੋਊਗੀ ਉਹੀ ਸਾਡਾ ਜੋ ਜਿਸ ਤਰੀਕੇ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸੁਤੰਤਰ ਪ੍ਰਭੂ ਸੱਤਾ ਦਾ ਪ੍ਰਤੀਕ ਆ ਉਸੇ ਤਰ੍ਹਾਂ ਉਹ ਸਾਡਾ ਹੋਮਲੈਂਡ ਉਹੀ ਹੋਊਗਾ ਉਹੀ ਸਾਡੀ ਜਿਹੜੀ ਆ ਸੁਤੰਤਰਤਾ ਹੋਊਗੀ ਜਦੋਂ ਅਸੀਂ ਲਾਮਬੰਦ ਹੋਗੇ ਪਹਿਲਾਂ ਇੱਕ ਹਉਣ ਦੀ ਲੋੜ ਆ ਇਹਨਾਂ ਦਾ ਕਹਿਣਾ ਹੈ ਕਿ ਹੁਣ ਫੈਡਰੇਸ਼ਨ ਜਿਹੜੀ ਆ ਅਸੀਂ ਇੱਕ ਕਰਨਾ ਚਾਹੁੰਦੇ ਆ ਜੋ ਵੀ ਧੜੇ ਨੇ ਫੈਡਰੇਸ਼ਨ ਦੇ ਧੜਿਆਂ ਨੂੰ ਇੱਕ ਕਰਕੇ ਨੌਜਵਾਨੀ ਦੇ ਵਿੱਚ ਉਹ ਰੂਹ ਦੁਆਰਾ ਫੂਕਣਾ ਚਾਹੁੰਦੇ ਆ ਤਾਂ ਜੋ ਨੌਜਵਾਨੀ ਆਪਣੇ ਹੱਕਾਂ ਪ੍ਰਤੀ ਅਵੇਅਰ ਹੋ ਸਕੇ ਕੈਮਰਾਮੈਨ ਸ਼ਮਸ਼ੀਰ ਸਿੰਘ ਦੇ ਨਾਲ ਮੈਂ ਸਿਮਰਨਜੀਤ ਸਿੰਘ ਪ੍ਰੋ ਪੰਜਾਬ ਟੀਵੀ ਸਿਰਮ ਦਸਰ ਸਾਹਿਬ